ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦਿਖਾਉਂਦੇ ਟਰੱਕ ਬਹੁਤ ਡਿਮਾਂਡ ਆ ਬਾਈ ਜੀ ਟਰੱਕਾਂ ਵਾਲਿਆਂ ਦੀ। ਇਹ ਦੇਖ ਸਕਦੇ ਬਹੁਤ ਵੀਰ ਭਰਾ ਪੁੱਛਦੇ ਰਹਿੰਦੇ ਭਾਜੀ ਕੈਨੇਡਾ ਆਉਣਾ ਕਿੱਦਾਂ ਆਈਏ। ਸਭ ਤੋਂ ਸੌਖਾ ਮਿੱਤਰੋ ਇੱਕੋ ਹੀ ਤਰੀਕਾ ਕੈਨੇਡਾ ਆਉਣ ਦਾ, ਡਬਈ ਜਾਓ, ਲਾਇਸੈਂਸ ਲਓ ਤੇ ਕੈਨੇਡਾ ਆਓ। ਤੇ ਹਾਂਜੀ ਵੀਰ ਭਰਾ ਆਪਣੇ ਨਾਲ ਬੈਠੇ ਉਹ ਵੀ ਦਿਖਾਉਂਦੇ ਆ ਤੇ ਥੈਂਕ ਯੂ ਵੀਰ ਭਰਾ ਦਾ ਧੰਨਵਾਦ। ਇਹ ਮੁੰਡਾ ਵੀ ਬਾਈ ਜੀ ਇੰਗਲੈਂਡ ਦੇ ਪ੍ਰਿੰਸ ਚਾਰਲਸ ਨਾਲ ਬਹਿ ਕੇ ਰੋਟੀ ਖਾਂਦਾ ਰਿਹਾ ਤੇ ਦੇਖ ਸਕਦੇ ਆ ਪਿੱਛੇ ਵੀ ਬਾਈ ਜੀ ਤੇ ਚੱਲੇ ਕਿੱਥੇ ਨੂੰ ਇਹ ਵੀ ਦੱਸਦੇ ਕਿੱਥੋਂ ਕਿੱਥੋਂ ਦੇਖ ਵਿਊ ਦੇਖੋ ਬਾਈ ਜੀ ਸਾਰੇ ਕੈਨੇਡਾ ਚ ਪਈ ਆ ਸਨੋ। ਲੋਕ ਰਹੇ ਨੇ ਰੋ, ਗੋਭੀ ਦਾ ਹੋ ਗਿਆ 10 ਰੁਪਏ ਦਾ ਫੁੱਲ, ਗੋਭੀ ਇੱਥੇ ਮਿਲਦੀ ਆ ਮੁੱਲ ਤੇ ਇੰਦੀ ਜਸਵਾਲ ਗਿਆ ਅੱਗੇ ਕੀ ਕਹਿਣਾ ਭੁੱਲ। ਆ ਜਾਓ ਫਿਰ ਚੜ ਜਾ ਹਾਈਵੇ, ਟਰੱਕ ਹੀ ਟਰੱਕ ਬਾਈ ਜੀ, ਕਾਰਾਂ ਘੱਟ ਟਰੱਕ ਜ਼ਿਆਦਾ। ਲੈ ਲਓ ਲਾਇਸੈਂਸ ਭਰਾਵੋ, ਲੈ ਲਓ ਲਾਇਸੈਂਸ, ਡਰਾਈਵਰ ਨਹੀਂ ਮਿਲਦੇ। ਦੇਖ ਲਓ ਬਾਈ ਜੀ ਕੋਈ ਮੁਲਕ ਹੈਗਾ ਜਿੱਥੇ ਕਾਰਾਂ ਘੱਟ ਤੇ ਟਰੱਕ ਵੱਧ, ਉਹ ਖੜੇ ਆ ਡਰਾਈਵਰ ਨਹੀਂ ਮਿਲਦੇ ਪਏ। ਉਹ ਦੇਖ ਲਓ ਬਾਈ ਜੀ ਇੱਧਰ ਵੀ ਟਰੱਕ ਉੱਧਰ ਵੀ ਟਰੱਕ। ਇੱਕ ਮਿੰਟ ਕੈਮਰਾ ਕਲੀਅਰ ਕਰ ਲਵਾਂ ਤੇ ਵੀਰ ਭਰਾ ਗੱਡੀ ਬੜੀ ਉਹ ਕਰਦਾ ਆ, ਇੱਕ ਮਿੰਟ। ਇਹ ਬਣਿਆ ਮਾਈਕਲ ਸ਼ੁਮਾਕਰ ਤੇ ਕਿੱਥੋਂ ਕਿੱਥੋਂ ਦੇਖਦੇ ਆ ਬਾਈ ਜੀ ਨਾਂ ਲੈਣੇ ਆਪਾਂ ਸਾਰਿਆਂ ਦਾ, ਕਾਫੀ ਦਿਨਾਂ ਬਾਅਦ ਲਾਈਵ ਹੋਏ ਆ ਬਾਹਰ। ਸੋ ਹਾਂਜੀ ਕਿਵੇਂ ਆ ਬਾਈ ਚੌਹਾਨ, ਕਿੱਥੋਂ ਕਿੱਥੋਂ ਦੇਖਦੇ ਆ ਭਾਜੀ। ਦੇਖੋ 100 ਤੇ ਜਾ ਰਹੀ ਆ ਗੱਡੀ, ਏਦਾਂ ਫੀਲ ਹੋ ਰਿਹਾ ਵੀ 5-7 ਤੇ ਹੀ ਜਾ ਰਹੀ ਆ। ਹਾਂਜੀ ਵਧੀਆ ਰੋਡ ਆ, ਸੜਕਾਂ ਆ ਤੇ ਸਮੂਥ ਡਰਾਈਵਰ ਮਾਈਕਲ ਸ਼ੁਮਾਕਰ ਭਾਜੀ ਹੈ। ਮੁੰਡੇ ਦੀ ਸਮੈਲ ਦੇਖੋ, ਉਤਰੀ ਅੱਛਾ ਲੈਨ ਤੇ ਚੜਦੀ ਆ ਭਰਾਵਾ ਤੂੰ। ਦੇਖੋ ਬਾਈ ਜੀ ਦੇਖੋ ਕਿੰਨੇ ਟਰੱਕ, ਕਾਰਾਂ ਨੀ ਦੀਦੀਆਂ ਇੱਥੇ, ਆ ਦੇਖ ਲੋ। ਝੂਠ ਨੀ ਕਹਿੰਦਾ ਹੁੰਦਾ ਵੀਰਿਓ, ਸਭ ਤੋਂ ਸੌਖਾ ਤਰੀਕਾ ਕੈਨੇਡਾ ਆਉਣ ਦਾ, ਡਬਈ ਜਾਓ, 2 ਸਾਲ ਲਾਓ, ਲਾਇਸੈਂਸ ਲਾਓ, ਆਈਲੈਟ ਚੋ ਬੈਂਡ ਲਾਓ ਤੇ ਕੈਨੇਡਾ ਆ ਜਾਓ। ਵਰਕ ਪਰਮਿਟ ਇੱਥੇ ਵਾਧੂ ਅਪਰੂਵ ਹੋਏ ਪਏ ਆ। ਹਾਂਜੀ ਨਵਦੀਪ ਭਾਜੀ ਕਿੱਥੋਂ ਦੇਖਦੇ, ਤਜਿੰਦਰ ਚੁੱਗ ਵੈਨਕੂਵਰ ਤੋਂ, ਰਵਿੰਦਰ ਸਿੰਘ ਇੰਗਲੈਂਡ ਚ, ਆਪਾਂ ਇੰਗਲੈਂਡ ਕਿੱਥੇ ਸੀ ਭਾਜੀ, ਨਰਿੰਦਰ ਸ਼ੇਰਗਿੱਲ ਅਮਰੀਕਾ, ਧੰਨਵਾਦ ਜੀ। ਚੌਹਾਨ ਭਾਜੀ ਦੇਖੋ ਟਰੱਕ, ਮੈਂ ਤੁਹਾਨੂੰ ਸ਼ੁਰੂ ਚ ਕਹਿਤਾ ਸੀ ਉਹ ਹੀਟ ਚਲਾਈ ਉਹ, ਕੀ ਮੈਂ ਕਿਹਾ ਸੀ ਬਈ ਤੁਹਾਨੂੰ ਕਾਰਾਂ ਘੱਟ ਦਿਸਣੀਆਂ ਟਰੱਕ ਜ਼ਿਆਦਾ ਦਿਸਣੇ ਆ। ਦੇਖ ਲਓ ਬਾਈ ਜੀ ਮੈਂ ਕਦੀ ਝੂਠ ਨਹੀਂ ਬੋਲਦਾ। ਸੋ ਆ ਦੇਖ ਲਓ, ਹਾਂਜੀ ਵਾਹ ਜੀ ਕਿਆ ਬਾਤ ਆ, ਟੋਰਾਂਟੋ ਤੋਂ ਧੰਨਵਾਦ। ਉਨਾ ਤੋਂ ਰਾਹੁਲ ਪੱਟੀ, ਦੇਖ ਲਓ ਜੀ ਹਿਮਾਚਲ ਚ ਵੀ ਆਪਾਂ ਨੂੰ ਸੁਣਿਆ ਜਾਂਦਾ। ਦੇਖ ਲਓ ਕਾਰ ਨੰਗੀ ਕੋਈ, ਮੈਂ ਝੂਠ ਨਹੀਂ ਕਹਿੰਦਾ ਹੁੰਦਾ ਬਾਈ, ਬਹੁਤ ਡਿਮਾਂਡ ਆ ਟਰੱਕਾਂ ਦੀ, ਰੀੜ ਦੀ ਹੱਡੀ ਆ ਕੈਨੇਡਾ ਅਮਰੀਕਾ ਦੀ ਟਰੱਕਾਂ ਵਾਲੇ। ਐਸੇ ਪੁਲ ਤੇ ਸ਼ਾਹਰੁਖ ਖਾਨ ਨੇ ਗਾਣਾ ਗਾਇਆ ਸੀ, ਓਹੋ ਜੇ ਦਿਲ ਦੀਵਾਨਾ, ਜੇ ਦਿਲ ਮੈਨੇ ਉਸਕੀ ਬਾਤ ਕੋ ਛੋੜਾ ਉਸਨੇ ਮੇਰਾ ਮੱਝ ਕੋ। ਕਿਹੜੀ ਪਰਦੇਸ ਫਿਲਮ ਸੀ, ਮਹਿਮਾ ਚੌਧਰੀ ਦੀ, ਇੱਥੇ ਮਹਿਮਾ ਚੌਧਰੀ ਸੁਭਾਸ਼ ਘਈ ਨਾਲ ਘੁੰਮਦੀ ਸੀਗੀ ਇਸ ਪੁਲ ਤੇ ਮਹਿਮਾ ਚੌਧਰੀ ਦਾ ਨਾਂ ਅਸਲੀ ਨਾਂ ਮਹਿਮਾ ਚੌਧਰੀ ਨਹੀਂ ਸੀ, ਜਿੰਨੀਆਂ ਵੀ ਸੁਭਾਸ਼ ਘਈ ਨੇ ਹੀਰੋ ਨਾਲ ਲਾਂਚ ਕੀਤੀਆਂ ਉਹਨਾਂ ਦਾ ਨਾਂ ਮੰਮੇ ਐਮ ਤੋਂ ਸ਼ੁਰੂ ਕੀਤਾ, ਮੰਮੇ ਤੋਂ ਹਨਾ। ਸੋ ਦੇਖ ਸਕਦੇ ਆ, ਆ ਜਾਓ ਮਹਿਮਾ ਚੌਧਰੀ, ਹੋਰ ਵੀ ਕਈ ਹੀਰੋ ਆ ਨਾ। ਆ ਦੇਖੋ ਦੇਖੋ ਦੋ ਬਾਈ ਜੀ ਡਰਾਈਵਰ ਮਿਲਦੇ ਨੀ, ਦੋ ਪਾ ਕੇ ਤੋਰ ਦਿੰਦੇ, ਚੱਲ ਜਾ ਦੇਖ ਲੋ ਹੈ। ਇਹ ਹਾਈਵੇ ਆ ਬਾਈ ਜੀ, ਕਾਰ ਕੱਲੀ ਸਾਡੀ ਆ, ਬਾਕੀ ਟਰੱਕ ਹੀ ਆ। ਡਰਾਈਵਰ ਕਵੈਤ ਤੋਂ ਪ੍ਰੇਮ ਕੁਮਾਰ, ਬਾਈ ਜੀ ਬੈਂਡ ਲਓ 5, ਆ ਜਾਓ ਕੈਨੇਡਾ। ਹਾਂਜੀ ਬਾਈ ਜੀ ਬਲੈਂਸੀਆ ਤੋਂ, ਬਲੈਂਸੀਆ ਮੈਂ ਵੀ ਬੜੇ ਸੰਤਰੇ ਤੋੜੇ। ਨਵਦੀਪ ਢੂਡ ਬਿਨੀ ਪੈਗ ਤੋਂ, ਬੱਲੇ ਤੂਰ ਭਾਜੀ ਨਿਊਜ਼ੀਲੈਂਡ ਤੋਂ, ਧੰਨਵਾਦ। ਸਾਰੀ ਦੁਨੀਆ ਚ ਵੀਰ ਤੁਹਾਡੇ ਨੂੰ ਸੁਣਿਆ ਜਾਂਦਾ, ਸ਼ੁਕਰੀਆ, ਲਵ ਯੂ ਆਲ, ਏਦਾਂ ਹੀ ਕੀਪ ਸਪੋਰਟਿੰਗ। ਤੇ ਤੂਰ ਭਾਜੀ ਨਿਊਜ਼ੀਲੈਂਡ ਤੋਂ, ਪਰਮਜੀਤ ਸਿੰਘ ਜਰਮਨ ਤੋਂ, ਧੰਨਵਾਦ। ਦੇਖੋ ਵੈਦਰ ਕਿੰਨਾ ਵਧੀਆ, ਸਾਰੇ ਕੈਨੇਡਾ ਚ ਸਨੋ ਪਈ ਹੋਈ ਆ, ਕੱਲਾ ਇਹ ਏਰੀਆ ਜਿੱਥੇ ਧੁੱਪ ਚੜੀ ਆ ਦੇਖ ਸਕਦੇ ਆ। ਤੇ ਬਾਕੀ ਟਰੱਕ ਆ ਵੀ ਗਿਣੀ ਚਲਿਓ ਬਾਈ। ਹਾਂਜੀ ਦੋਹਾ ਕਤਰ ਤੋਂ ਪਰਮਜੀਤ ਸਿੰਘ, ਧੰਨ ਸ਼ੇਅਰ ਕਰੀ ਚਲੋ ਬਾਈ ਜੀ ਸਾਰੇ, ਚੱਲਦੀ ਚੱਲਦੀ ਹੋਰਾਂ ਨੂੰ ਵੀ ਦਿਖਾਓ ਵੀ ਕੈਨੇਡਾ ਚ ਕਿੰਨੀ ਕਾਮਿਆਂ ਦੀ ਘਾਟ ਆ, ਡਰਾਈਵਰਾਂ ਦੀ ਘਾਟ ਆ, ਮਹਿੰਗਾਈ ਵੀ ਬਹੁਤ ਆ ਬਾਈ ਜੀ। ਇੱਥੇ ਰਹਿਣ ਦਾ ਇੱਕੋ ਹੀ ਨੁਕਸਾਨ ਆ, ਮਹਿੰਗਾਈ ਬਹੁਤ ਆ, ਉਹ ਵੀ ਗੱਲ ਆ। ਹੁਣ ਜਿੱਥੇ ਸਨੋ ਆ ਮਹਿੰਗਾਈ ਘੱਟ ਆ, ਪਰ ਹੁਣ ਇਹ ਸਨੋ ਚ ਨਿਕਲ ਵੀ ਨਹੀਂ ਸਕਦੇ ਘਰੋਂ ਬਾਹਰ। ਦੇਖੋ ਤਾਂ ਹੁਣ ਤੁਹਾਡੇ ਸਾਹਮਣੇ ਲਾਈਵ ਚੱਲ ਰਿਹਾ, ਦੂਜੇ ਮਹੀਨੇ ਦੀ 2 ਤਰੀਕ ਆ ਤੇ ਟਾਈਮ ਹੋ ਗਿਆ ਬਾਈ ਜੀ, ਕਿੱਥੇ ਆ 1:15 ਹੋ ਗਿਆ ਆ, 1:12 ਹੋ ਗਏ, 7 ਡਿਗਰੀ ਟੈਂਪਰੇਚਰ ਆ, 1:12 ਹੋ ਗਏ ਆ, 100 ਦੀ ਸਪੀਡ ਤੇ ਗੱਡੀ ਜਾ ਰਹੀ ਆ, ਨਜ਼ਾਰੇ ਆਈ ਜਾਂਦੇ ਆ ਜਾਈ ਜਾਂਦੇ ਆ, ਕੋਈ ਸਟ੍ਰੈਸ ਨਹੀਂ ਲਾਈਫ ਚ, ਕੋਈ ਮੈਸ ਨਹੀਂ ਕਰ ਸਕਦਾ, ਕੋਈ ਗੈਸ ਨਹੀਂ, ਬੰਦਾ ਮੈਂ ਫਨੀ ਆ, ਗੁਣਾ ਦਾ ਮੈਂ ਧਨੀ ਆ, ਹੈ ਨਹੀਂ ਮੇਰੇ ਕੋਲ ਮਨੀ ਆ, ਥੋੜਾ ਜਿਹਾ ਗਰੀਬ ਆ, ਮਾੜੇ ਮੇਰੇ ਨਸੀਬ ਆ, ਤੇ ਬਾਕੀ ਸਾਰਾ ਕੁਛ ਤਰਤੀਬ ਆ। 2 ਟਰੱਕ ਆ ਲਈ ਅੱਤ ਚੱਕ ਆ, ਹੋ ਜਾਓ ਥੋੜਾ ਸਾਈਡ ਨੂੰ ਤੇ ਪਿੰਡ ਮੇਰੇ ਬੈਡ ਨੂੰ, ਦੇਖਿਆ ਸ਼ਾਇਰੀ ਵੀ ਕਰ ਲਈ ਦੀ ਆ, ਦਰਸ਼ਕ ਖੁਸ਼ ਹੋ ਰਹੇ। ਦੇਖੋ ਪਹਾੜੀਆਂ ਜੀ, ਉਹ ਹੈਗੀਆਂ ਪਹਾੜੀਆਂ, ਕੀ ਕਹਿੰਦੇ ਇਹਨਾਂ ਨੂੰ, ਕੈਨੇਡਾ ਅਮਰੀਕਾ ਦੀਆਂ ਪਹਾੜੀਆਂ, ਰੌਕੀ ਮਾਊਂਟੇਨ।
ਇਹਨਾਂ ਬਾਰੇ ਵੀ ਦੱਸਾਂਗੇ। ਹਾਂਜੀ ਹੈਰੀ ਬਿਰਕ ਮਨੀਸ਼ਾ, ਹਾਂਜੀ ਹਾਂਜੀ ਹੈਰੀ ਬਿਰਕ ਭਾਜੀ, ਉਹਨਾਂ ਦੇ ਨਾਂ ਐਮ ਤੋਂ ਸ਼ੁਰੂ ਕੀਤੇ, ਸੁਭਾਸ਼ ਘਈ ਨੇ ਸਾਰੀਆਂ ਦੇ, ਉਹ ਮੈਂ ਦੱਸ ਦੂੰ ਕਿਹੜੀਆਂ ਕਿਹੜੀਆਂ ਸੀ। ਤੋਰੂ ਭਾਜੀ ਬਲਿੰਗਟਨ ਤੋਂ, ਕ੍ਰਿਸ਼ਨ ਭਾਰਤੀ ਡਬਈ ਤੋਂ, ਬਾਈ ਸ਼ੇਅਰ ਵੀ ਕਰੀ ਚਲੋ, ਸ਼ੇਅਰ ਨੀ ਕੀਤਾ ਤੁਸੀਂ ਦੇਖ ਲਓ, ਸਪੈਸ਼ਲ ਤੁਹਾਨੂੰ ਦਿਖਾਉਣ ਚੱਲੇ ਆ ਬਾਈ ਜੀ ਰੋਡ ਦੀ ਇੰਸਪੈਕਸ਼ਨ ਕਰਨ। ਸੋ ਟੈਸਲਾ ਗੱਡੀ ਵਧੀਆ ਆ, ਪਰ ਜਿੱਥੇ ਸਰਦੀ ਪੈਂਦੀ ਸਨੋ ਪੈਂਦੀ ਉੱਥੇ ਨੀ ਇਹ ਕਾਮਯਾਬ, ਉੱਦਾਂ ਗੱਡੀ ਬਹੁਤ ਘੈਂਟ ਆ। ਸੋ ਆਪਾਂ ਵੀ ਗੱਡੀਆਂ ਦੇ ਰਿਵਿਊ ਦਿਆ ਕਰਨੇ ਆ। ਹਾਂਜੀ ਸਿੰਘ ਚਰਨਜੀਤ ਪੁਰਤਗਾਲ ਤੋਂ, ਰਵੀ ਚੌਹਾਨ ਲੁਧਿਆਣੇ ਤੋਂ, ਭੁੱਲਰ ਭਾਜੀ ਪੰਜਾਬ ਤੋਂ, ਧੰਨਵਾਦ ਜੀ ਧੰਨਵਾਦ। ਦੇਖ ਸਕਦੇ ਆ ਬਾਈ ਜੀ ਕਾਰਾਂ ਨੂੰ ਵੀ ਟਰੱਕ ਹੀ ਚੱਕ ਕੇ ਜਾਂਦੇ, ਇੱਥੇ ਕਾਰਾਂ ਆਪ ਨਹੀਂ ਜਾਂਦੀਆਂ। ਸੋ ਬਹੁਤ ਡਿਮਾਂਡ ਆ ਟਰੱਕਾਂ ਵਾਲਿਆਂ ਦੀ। 10 LMO ਆ ਮੇਰੇ ਵੀਰ ਭਰਾ ਕੋ ਪਈਆਂ, ਸ਼ਰਤ ਉਹਦੀ ਮੈਂ ਟਿਕਟ ਉਹਦੇ ਪਾਈ ਸੀ, ਇੱਕੋ ਹੀ ਸ਼ਰਤ ਆ ਬਾਈ, ਭਾਵੇਂ ਟੂਰਿਸਟ ਹੋਵੇ, ਵਰਕ ਪਰਮਿਟ ਤੇ ਹੋਵੇ, ਸਟੂਡੈਂਟ ਹੋਵੇ, ਕੋਈ ਵੀ ਵੀਜ਼ਾ ਹੋਵੇ ਕੈਨੇਡਾ ਚ, ਉੱਕੋ ਲਾਇਸੈਂਸ ਹੋਣਾ ਚਾਹੀਦਾ, ਕੈਨੇਡਾ ਚ ਹੋਣਾ ਚਾਹੀਦਾ, ਕੋਈ ਪੈਸਾ ਨਹੀਂ ਲਊਗਾ, PR ਕਰਾ ਕੇ ਦਊਗਾ ਬਾਈ ਜੀ, ਨਹੀਂ ਕੋਈ ਨੀ ਬਿਨਾਂ ਪੈਸਿਆਂ ਤੋਂ LMO ਦਿੰਦਾ, ਕਲਾਸ 1 ਦਾ ਲਾਇਸੈਂਸ ਹੋਣਾ ਚਾਹੀਦਾ। ਮੈਂ ਟਿਕਟ ਉਹਦੇ ਵੀਡੀਓ ਪਾਈ ਸੀ, ਦੇਖ ਲਿਓ ਨੰਬਰ ਉੱਥੇ ਦਿੱਤਾ ਆ। ਹਾਂਜੀ ਹੈਪੀ ਡਬਈ ਤੋਂ, ਸਨੀ ਜਮੈਕਾ ਤੋਂ, ਬੱਲੇ ਜਮੈਕਾ ਭੈਣ ਕਿੱਥੋਂ ਵੈਸਟ ਇੰਡੀਜ਼ ਤੋਂ ਦੇਖਦੇ ਸਾਨੂੰ। ਇੱਕ ਗੱਲ ਆ ਬਾਈ, ਹਿੰਦੀ ਦੁਨੀਆ ਦੇ ਕਿਸੇ ਵੀ ਕੋਨੇ ਚ ਚੱਲ ਜਾਵੇ ਪਿਆਰ ਮਿਲੇਗਾ। ਧੰਨਵਾਦ ਤੁਹਾਡਾ ਸਭ ਦਾ, ਸ਼ੁਕਰੀਆ ਜੀ। ਤੇ ਵੀਰ ਕਿੱਧਰ ਜਾ ਰਹੇ? ਐਪਸਫੋਰਡ ਚੱਲੇ ਆ ਬਾਈ ਜੀ, ਐਪਸਫੋਰਡ ਨਾਲ ਦੇ ਗੁਆਂਢੀ ਸ਼ਹਿਰ, ਦੇਖ ਲੋ ਟਰੱਕ ਜਾਂਦੇ ਕਿ ਨੀ ਧੂੜਾ ਪੱਟ ਦੇ। ਸਿੰਘ ਰਵੀ ਬਹਿਰੀਨ ਤੋਂ, ਦੇਖੋ ਧੁੱਪ ਚੜੀ ਹੋਆ, ਆਓ ਜੀ ਹਏ ਸੱਚੇ ਪਾਤਸ਼ਾਹ। ਆਪਾਂ ਤਾਂ ਇੱਕ ਗੱਲ ਕਹੀ ਦੀ ਆ, ਜਿਹੜਾ ਕਰੂ ਸ਼ੇਰ ਨੀਲੀ ਛੱਤ ਵਾਲਾ ਕਰ ਦੂ ਮੇਹਰ, ਸ਼ੇਰ ਦਾ ਨਤੀਜਾ ਲੱਗ ਜਾਣਾ ਤੁਹਾਡਾ ਕੈਨੇਡਾ ਦਾ ਵੀਜ਼ਾ, ਤੇ ਕਰਾ ਦੇਣੀ ਭੇਡਾਂ ਦੀ ਆਪਾਂ। ਉਹ ਦੇਖੋ ਚਾਰ ਚਾਰ ਟਰੱਕ ਖੜੇ ਆ ਬਾਈ ਲਾਈਟਾਂ ਤੇ, ਚਾਰ ਚਾਰ ਦੇਖੋ ਸਾਈਡ ਤੇ ਵੀ। ਸੋ ਬਹੁਤ ਡਿਮਾਂਡ ਆ ਡਰਾਈਵਰਾਂ ਦੀ ਡਬਈ ਤੋਂ। ਜਸਕਮਲ ਐਡਮਿੰਟਨ ਤੋਂ, ਐਡਮਿੰਟਨ ਆ ਰਿਹਾ ਬਾਈ ਜੀ ਮੈਂ, 10-12 ਤਰੀਕ ਨੂੰ ਸ਼ਾਇਦ ਮਿਲਾਂਗੇ, ਕੋਈ ਨੀ। ਦੇਖੋ ਸਭ ਦਾ ਨਾਂ ਪੜ੍ਹਦੇ ਆ ਤੁਹਾਨੂੰ, ਕੈਨੇਡਾ ਤੁਹਾਨੂੰ ਬੈਠਿਆਂ ਨੂੰ ਕੋਈ ਨੀ ਦਿਖਾਉਂਦਾ ਭਾਜੀ, ਨਾ ਕੋਈ ਚਾਹੁੰਦਾ ਭਈ ਆਪਾਂ ਆ ਜਾਈਏ, ਤੁਸੀਂ ਆਵੋ, ਆਪਾਂ ਕਹਿੰਦੇ ਸਾਰੇ ਹੀ ਆਉਣ ਭਰਾਵਾ, ਸਾਰੇ ਹੀ ਆਉਣ, ਹਨਾ ਤੁਹਾਡੀ ਕਿਸਮਤ ਆ, ਤੁਹਾਡੀ ਉਹ ਆ। ਸੋ ਆਪਾਂ ਬਾਈ ਜੀ ਨੀਤ ਸ਼ੁਰੂ ਤੋਂ ਏਦਾਂ ਹੀ ਰੱਖੀ ਚੰਗੀ, ਸਾਰਿਆਂ ਦਾ ਸਰਬੱਤ ਦਾ ਭਲਾ ਸੋਚਿਆ, ਉਹਦਾ ਮੈਨੂੰ ਫਾਇਦਾ ਬਹੁਤ ਮਿਲਿਆ ਜ਼ਿੰਦਗੀ ਚ। ਚਲੋ ਰੱਬ ਦਾ ਯਕੀਨ ਤਾਂ ਵੱਖਰੀ ਗੱਲ ਆ, ਭਈ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ, ਤੁਹਾਨੂੰ ਮੈਂ ਗੱਲਾਂ ਦੱਸਦਾ। ਆ ਕੀ ਪਾਇਆ ਓਏ, ਟੇਪਾਂ ਲਾਈਆਂ, ਚੇਨਾਂ ਪਾਈਆਂ, ਆ ਜਾਓ ਹੁਣ ਹਾਈਵੇ ਤੇ ਚੜ੍ਹਨ ਲੱਗੇ, ਹਾਈਵੇ ਤੋਂ ਕਾਲ ਆਈ ਆ, ਮੈਂ ਉਹ ਨੀ ਚੱਕੀ ਤੁਹਾਡੇ ਕਰਕੇ, ਦੇਖ ਲਓ ਬਾਈ ਜੀ ਆਪਣੀ ਜ਼ਿੰਦਗੀ ਦਾ ਤੇ ਲਾਤੀ ਤੁਹਾਡੇ ਲਈ, ਤੁਸੀਂ ਸ਼ੇਅਰ ਨੀ ਕਰ ਸਕਦੇ। ਲਵ ਫਰੋਮ ਵਿੰਡਸਰ ਧੰਨਵਾਦ, ਹੁਣ ਹਾਈਵੇ ਚੜ੍ਹ ਜਾਣਾ ਆਪਾਂ। ਸੁਖਰਾਜ ਭਾਜੀ ਧੰਨਵਾਦ ਜੀ ਧੰਨਵਾਦ। ਹਾਂਜੀ ਕਵੈਤ ਤੋਂ, ਕਵੈਤ ਮੈਂ ਵੀ ਹਿਸਾਬ ਹੀ ਆ ਖਦਾਨ ਸਾਲੇ, ਜਿੰਨਾ ਪਖੰਡ ਇੰਡੀਆ ਚ ਕਹਿੰਦੇ ਬਿੱਲੀ ਮੋਰ ਦੀ ਲੰਘ ਜਾਵੇ ਕੋਈ ਕੰਮ ਨੀ ਸਿਰੇ ਚੜ੍ਹਦਾ, ਮੈਂ ਕਵੈਤ ਆਇਆ ਸਾਲੀਆਂ ਬਿੱਲੀਆਂ ਹੀ ਬਿੱਲੀਆਂ ਚਾਰੇ ਹੀ ਪਾਸੇ, ਫੇਰ ਉਹਨਾਂ ਨੂੰ ਦੇਖ ਕੇ ਮੈਂ ਦਿਹਾੜੀ ਤੇ ਹੀ ਨੀ ਗਿਆ, ਮੈਂ ਕਿਹਾ ਮੇਰੇ ਆਲੇ ਦੁਆਲੇ ਬਿੱਲੀਆਂ, ਮੈਂ ਘਰੋਂ ਹੀ ਨੀ ਨਿਕਲਿਆ। ਪਖੰਡ ਸਾਰਾ ਇੰਡੀਆ ਚ, ਕੋਈ ਬਿੱਲੀਆਂ ਰਾਹ ਨੀ ਕੱਟਦੀਆਂ। ਸੋ ਹਾਂਜੀ ਭਾਜੀ ਪਾਕਿਸਤਾਨ ਤੋਂ ਜਫਰ ਧੰਨਵਾਦ ਜੀ ਧੰਨਵਾਦ। ਆ ਚੜ ਗਏ ਜੀ ਹਾਈਵੇ, ਇਹ ਸਿੱਧਾ ਹੀ ਟੋਰਾਂਟੋ ਨੂੰ ਜਾਂਦਾ, ਸਰੀ ਕੈਨੇਡਾ ਦੇ ਇੱਕ ਸਿਰੇ ਤੇ ਆ, ਟੋਰਾਂਟੋ ਇੱਕ ਸਿਰੇ ਤੇ ਆ। ਸੋ ਇਹ ਹਾਈਵੇ ਆ ਜੀ, ਏਦਾਂ ਸਿੱਧਾ ਹੀ ਟੋਰਾਂਟੋ ਨੂੰ ਚੱਲ ਜਾਣਾ ਹੁਣ। ਸਰਦੂਲਗੜ੍ਹ ਤੋਂ ਅਜੇ ਧੰਨਵਾਦ ਜੀ ਧੰਨਵਾਦ। ਕਤਰ ਤੋਂ 10 ਸਾਲ ਸੁਸ਼ੀਲ ਭਾਟੀਆ ਸੁਨਾਮ ਤੋਂ, ਥੈਂਕ ਯੂ। ਟੂਰਿਸਟ ਵੀਜ਼ਾ ਚੇਂਜ ਹੋ ਜਾਂਦਾ, ਜਿਹੜਾ ਮਰਜ਼ੀ ਵੀਜ਼ਾ ਚੇਂਜ ਕਰਾ ਲਓ ਭਰਾਵੋ, ਬੋਰਾ ਭਰ ਲਿਆਇਓ ਪੈਸਿਆਂ ਦਾ, ਟੂਰਿਸਟ ਜਿਹੜਾ ਮਰਜ਼ੀ ਆ ਕੇ ਵੀਜ਼ਾ ਲੈ ਸਕਦਾ। ਹਾਂਜੀ ਚੇਂਜ ਹੋ ਜਾਂਦਾ ਟੂਰਿਸਟ, ਹੋਰ ਦੱਸੋ ਕੀ ਪੁੱਛਣਾ ਕੈਨੇਡਾ ਬਾਰੇ, ਹੋਨੈਸਟ ਰਿਵਿਊ ਦੇਵਾਂਗੇ। ਉਹ ਭਰਾਵੋ ਗੋਰੇ ਇੰਨੀ ਕਦਰ ਕਰਦੇ ਆ ਕੁਦਰਤ ਦੀ, ਤੁਸੀਂ ਲੋਕ ਤਾਂ ਕਹਿੰਦੇ ਆ ਭਈ ਆਹ ਰੱਬ ਆ ਉਹ ਰੱਬ ਆ, ਗੋਰੇ ਭਾਵੇਂ ਰੱਬ ਨੂੰ ਮੰਨਦੇ ਜਾਂ ਨਹੀਂ ਮੰਨਦੇ। ਇੱਥੇ ਮੈਂ ਤੁਹਾਨੂੰ ਦਿਖਾਉਣਾ ਇੱਕ ਦਰਖਤ ਆ, ਉਹਦੇ ਕਰਕੇ ਨੀ ਹਾਈਵੇ ਮੋੜਤਾ ਸਾਰਾ, ਉਹ ਦਰਖਤ ਨੂੰ ਨੀ ਪੱਟਿਆ ਗੋਰਿਆਂ ਨੇ, ਇੰਨਾ ਇਹ ਕੁਦਰਤ ਨੂੰ ਰੱਬ ਸਮਝਦੇ ਆ। ਇੱਥੇ ਕੌਣਾ ਤੁਹਾਨੂੰ ਦਿਖਾਉਣਾ ਮੈਂ, ਪਤਾ ਤੁਹਾਨੂੰ ਇੱਥੇ ਇੱਕ ਦਰਖਤ ਆ, ਵਿਸ਼ਵ ਯੁੱਧ ਵੇਲੇ ਇੱਕ ਫੌਜੀ ਨੇ ਲਾਇਆ ਸੀ ਤੇ ਰਾਹ ਚ ਆਉਂਦਾ ਸੀ ਹਾਈਵੇ ਦੇ, ਇਹਨੀ ਦਰਖਤ ਨੂੰ ਨੀ ਕੁਛ ਕਿਹਾ, ਹਾਈਵੇ ਸਾਈਡ ਨੂੰ ਕਰਤਾ ਸੀਗਾ। ਇੱਥੇ ਕੌਣਾ, ਆਹ ਦੇ ਝੰਡਾ ਵੀ ਲਾਇਆ ਆ, ਆਹ ਦੇ ਆ ਦੇਖ ਲਓ ਬਾਈ ਜੀ ਕਿੰਨਾ ਹੈ, ਉਹ ਤੇ ਝੰਡਾ ਲੱਗਾ ਉਹ ਦੇਖ ਲਓ, ਨਹੀਂ ਇੱਥੇ ਝੰਡੇ ਦਾ ਕੀ ਮੀਨਿੰਗ, ਉਹ ਫੌਜੀ ਸ਼ਹੀਦ ਹੋਇਆ ਸੀ ਵਿਸ਼ਵ ਯੁੱਧ ਚ,
ਦੇਖ ਲਓ ਬਾਈ ਜੀ ਕਿੰਨਾ ਇਹ ਮਾਣ ਸਨਮਾਨ ਕਰਦੇ ਆ। ਟਰੱਕ ਦੇਖੋ ਬਾਈ, ਓਹੋ ਬੱਲਾ 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 ਬੱਲਾ, ਇੰਨੇ ਟਰੱਕ। ਅੰਗਰੇਜ਼ੀ ਚ ਗੱਲ ਕਰਦੇ ਆ ਥੋੜਾ, ਟਰੂਡੋ ਜੀ ਨੂੰ ਬੇਨਤੀ ਕਰਦੀ ਅੰਗਰੇਜ਼ੀ ਚ, ਸੁਣਿਓ ਫਿਰ। ਹੈਲੋ ਜਸਟਿਨ ਟਰੂਡੋ ਸਰ, ਆਈ ਹੈਵ ਟੂ ਸੇ ਦੈਟ ਕੈਨੇਡਾ ਹੈਵ ਨੋਟ ਗੁੱਡ ਹਾਈਵੇ, ਪਲੀਜ਼ ਮੇਕ ਇਟ ਲਿਟਲ ਬਿਟ ਮੋਰ 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 ਲਿਟਲ ਬਿਟ ਮੋਰ ਹਾਈਵੇ ਮੋਰ 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 ਦਿਸ ਇਜ਼ ਅ ਸ਼ੋਰਟ ਹਾਈਵੇ ਓਨਲੀ ਹਾਈਵੇ ਗੋਇੰਗ ਟੂ ਟੋਰਾਂਟੋ, ਮੇਕ ਇਟ ਬਿਗਰ 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 ਵਾਈਡ ਵਾਈਡ ਵਾਈਡ। ਥੈਂਕ ਯੂ ਸੋ ਮਚ। ਮੈਂ ਬੇਨਤੀ ਕਰਤੀ ਟਰੂਡੋ ਜੀ ਨੂੰ ਭਈ ਹਾਈਵੇ ਥੋੜੇ ਵੱਡੇ ਕਰੋ, ਕੈਨੇਡਾ ਦਾ ਹਾਈਵੇ ਹੋਵੇ ਤੇ ਛੋਟਾ ਜਿਹਾ ਹੋਵੇ ਗੱਲ ਜੀ ਨਹੀਂ ਬਣਦੀ। ਹਾਂਜੀ ਕਮਲ ਖੱਤਰੀ, ਲਵ ਯੂ ਜੀ ਲਵ ਯੂ। ਗਾਣਾ ਸੁਣਾਈਏ ਫਿਰ ਤੁਹਾਨੂੰ, ਅੱਜ ਮੈਂ ਖੁਸ਼ ਆ। ਖੁਸ਼ ਕਿਉਂ ਆ, ਮੈਂ ਤਾਂ ਰੋਜ਼ ਹੀ ਖੁਸ਼ ਰਹਿੰਦਾ। ਲੋਕ ਕਹਿੰਦੇ ਇੰਨਾ ਬੋਲਦਾ ਪਤਾ ਨੀ ਸਾਲਾ ਕਿਹੜਾ ਨਸ਼ਾ ਕਰਦਾ। ਇਹ ਨਸ਼ਾ ਬਾਈ ਜੀ ਜਿਹੜੀਆਂ ਇਹ ਤਾਰਾਂ ਜੁੜਦੀਆਂ ਹੁੰਦੀਆਂ ਨਾ, ਇਹ ਵੱਖਰਾ ਹੀ ਨਸ਼ਾ ਆ। ਸੋ ਬਹੁਤ ਮੈਨੂੰ ਕਹਿੰਦੇ ਬਾਈ ਤੂੰ ਕਿੱਥੇ ਚੱਲਾਂ, ਬਾਈ ਐਕਸਪੋਰਟ ਚੱਲਾਂ। ਤਰਨਜੀਤ ਸਿੰਘ ਭਾਜੀ ਤੁਸੀਂ ਕਿੱਥੋਂ ਬੋਲਦੇ ਆ? ਜੇ ਕਹਿੰਦੇ ਆ ਤਾਂ ਸਾਗ ਨਾਲ ਰੋਟੀ ਤੁਹਾਡੇ ਘਰੇ ਖਾ ਜਾਂਦੇ ਆ, ਅੱਜ ਵੀਰਵਾਰ ਆ, ਸੋ ਚਿਕਨ ਆਪਾਂ ਖਾਣਾ ਨੀਗਾ। ਤੰਗ ਤਾਂ ਨੀ ਹੁੰਦਾ ਤੁਸੀਂ? ਚੱਲ ਮੇਰੀ ਤਾਂ ਰੋਜੀ ਰੋਟੀ ਹੁੰਦੇ ਵੀ ਹੋਵੋ ਭਰਾਵੋ, ਕੀ ਕਰ ਸਕਦੇ ਆ। ਮੈਂ ਕਾਲ ਨੀ ਚੱਕੀ ਹੋਸਪਿਟਲ ਦੀ, ਭੈਣ ਦੇਖ ਸਕਦੇ ਆ। ਹਾਂਜੀ ਨਿਊਜ਼ੀਲੈਂਡ ਤੋਂ ਤਰਨਜੀਤ ਸਿੰਘ, ਅੱਛਾ ਅੱਛਾ ਫੇਰ ਠੀਕ ਆ। ਮੈਂ ਖੜਿਆ ਸਪੋਰਟ ਤੋਂ ਆ, ਨਹੀਂ ਤਾਂ ਦੇਖੋ ਬਾਈ ਜੀ ਟਰੱਕ ਕਿੰਨੇ ਆ। ਗਾਣਾ ਸੁਣਾ ਦੋ, ਗਾਣਾ ਸੁਣੋ ਫਿਰ। ਆਪਣਾ ਲਿਖਿਆ ਉਹ ਹੱਥ ਅੱਡਿਆਂ ਤੇ ਹੱਕ ਨੀ ਉਹ ਮਿਲਦੇ, ਹੱਕ ਹਿੱਕ ਵਾਲੇ ਯੋਰ ਨਾਲ ਖੋਣੇ ਪੈਂਦੇ ਆ, ਚੜ ਬੈਰੀਆਂ ਦੀ ਹਿੱਕ ਪੈਂਦਾ ਨੱਚਣਾ, ਜਿਹੜੀ ਬੈਰੀਆਂ ਦੇ ਤੇਲ ਯਾਰ ਉਹ ਚੋਣੇ ਪੈਂਦੇ ਆ। ਹੱਥ ਅੱਡਿਆਂ ਤੇ ਹੱਕ ਨੀ ਉਹ ਮਿਲਦੇ, ਹੱਕ ਹਿੱਕ ਵਾਲੇ ਜੋਰ ਨਾਲ ਖੋਣੇ ਪੈਂਦੇ ਆ। ਦੇਖ ਰਾਸ਼ੀ ਫਲ ਦਿਨ ਸ਼ੁਰੂ ਕਰਦਾ, ਉਹ ਬੰਦਾ ਕਿੱਥੋਂ ਕਰੂਗਾ ਤਰੱਕੀਆਂ, ਪੈਸੇ ਪਿੱਛੇ ਸਕੇ ਵੀਰ ਇੱਥੇ ਲੜਦੇ, ਪੈਸੇ ਪਿੱਛੇ ਭੈਣਾ ਲੜ ਪੈਣ ਸਕੀਆਂ, ਕਿਸਮਤ ਤੇ ਡਿਪੈਂਡ ਜਿਹੜਾ ਰਹਿੰਦਾ ਏ, ਉਸ ਬੰਦੇ ਪੱਲੇ ਸਦਾ ਯਾਰ ਉਹ ਰੋਣੇ ਪੈਂਦੇ ਆ, ਹੱਥ ਅੱਡਿਆਂ ਤੇ। ਹਾਂ ਦੇਖਿਆ ਬਾਈ ਜੀ, ਸੋ ਜਿਹੜੀਆਂ ਮੈਂ ਹੇਕਾਂ ਲਾਈਆਂ ਮੁਰਕਰੀਆਂ ਲਾਈਆਂ ਉਹ ਨਾ ਸੁਣਿਓ, ਤੇ ਜਿਹਨੂੰ ਪਸੰਦ ਆਇਆ ਗਾਣਾ ਬਾਈ ਸਟਾਰ ਦਾ ਭੇਜ ਦੋ ਯਾਰ, ਸਟਾਰ ਇੱਕ ਬੰਦੇ ਨੇ ਵੀ ਨਹੀਂ ਭੇਜੇ, ਇੰਨਾ ਲਿਊਚ ਪੀਣਾ ਠੀਕ ਨਹੀਂ ਹੁੰਦਾ। ਉਧਰ ਇਜ਼ਰਾਈਲ ਨੇ ਇਰਾਨ ਤੇ ਹਮਲਾ ਕਰਤਾ ਆ, ਮਰ ਜਾਣਾ ਸਾਰਿਆਂ ਨੇ, ਇਰਾਨ ਨੇ ਅਟੈਕ ਕਰਤਾ ਆ, ਇਜ਼ਰਾਈਲ ਨੇ ਇਰਾਨ ਤੇ, ਸਭ ਨੇ ਮਰ ਮੁਰ ਜਾਣਾ। ਸੋ ਸਟਾਰ ਭੇਜ ਦਿਆ ਕਰੋ, ਇੰਨਾ ਉਹ ਨਾ ਲੀਚ ਪੀਣਾ ਨਾ ਦਿਖਾਇਆ ਕਰੋ, ਸਟਾਰ ਭੇਜਿਓ ਕੋਈ ਬਾਈ ਵਧੀਆ ਜਿਹਾ, ਦੇਖੀਏ ਕਿਹੜਾ ਬਾਈ ਸਟਾਰ ਭੇਜਦਾ, ਅਜੇ ਤਾਂ ਕਿਸੇ ਨੇ ਨੀ ਭੇਜੇ। ਤੇ ਕਰਦੇ ਫਿਰ ਮਿੱਤਰਾਂ ਮੱਸੀ ਆਰਡਰ, ਤੇ ਐਕਸਪੋਰਟ 30 ਕਿਲੋਮੀਟਰ ਆ ਬਾਈ ਜੀ, ਐਕਸਪੋਰਟ ਜਾ ਰਹੇ ਆ, ਤੇ ਦੇਖ ਸਕਦੇ ਆ ਸਟਾਰ ਅਜੇ ਕਿਸੇ ਨੇ ਨੀ ਭੇਜੇ, ਦੇਖਦੇ ਆ ਕਿਹੜਾ ਭਾਗਾ ਵਾਲਾ ਆਊ, ਜਿਹੜਾ ਸਟਾਰ ਭੇਜੂ ਉਹਨਾਂ ਦੇ ਦਾਣੇ ਚ ਕਦੇ ਸੁਸਰੀ ਨਾ ਪਵੇ। ਮੈਂ ਸੱਚੇ ਪਾਤਸ਼ਾਹ ਅੱਗੇ ਹੱਥ ਜੋੜਦਾ ਆ, ਉਹਨਾਂ ਦੇ ਕਦੇ ਸੁਸਰੀ ਨਾ ਪਵੇ, ਤੇ ਗੁਆਂਢੀਆਂ ਦੀ ਸਾਰੀ ਪਾਲਕ ਪਨੀਰ ਸੜ ਜਾਵੇ, ਦੇਖ ਸਕਦੇ ਆ ਜੀ। ਗੁੱਡ ਵਰਕ ਮੋਗੇ ਤੋਂ ਸੁਖਰਾਜ, ਥੈਂਕ ਯੂ। ਤੇ ਗਿੱਲ ਭਾਜੀ ਕਹਿੰਦਾ, ਗਿੱਲ ਸਾਹਿਬ ਜਵਾਬ ਮੇਰੇ ਕੋ ਬਹੁਤ ਵਧੀਆ ਸੀਗਾ, ਚੱਲ ਠੀਕ ਆ। ਇੱਕ ਤੱਥ ਦਿਖਾਉਣਾ ਤੁਹਾਨੂੰ ਆ ਫੈਡਐਕਸ ਦਾ, ਆ ਫੈਡਐਕਸ ਦੇ ਉਹ ਦੇਖੋ, ਔਰ ਈ ਦਾ ਐਕਸ ਦੇ ਵਿੱਚ ਤੀਰ ਆ, ਦੇਖੋ 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 ਦਿਸਿਆ, ਹੁਣ ਦੱਸਿਓ ਕਿਹਨੂੰ ਕਿਹਨੂੰ ਦਿਸਿਆ, ਉਹ ਈ ਦਾ ਐਕਸ ਦੇ ਵਿੱਚ ਤੀਰ ਆ ਐਰੋ, ਦੱਸੋ ਬਈ ਜੈਸ ਜੈਸ ਲਿਖਿਓ ਜਿਹਨਾਂ ਨੂੰ ਦਿਸਿਆ, ਤੱਥ ਕਿੰਨਾ ਵਧੀਆ ਦੱਸਿਆ ਤੁਹਾਨੂੰ, ਪਹਿਲਾਂ ਨੀ ਤੁਸੀਂ ਨੋਟ ਕੀਤਾ ਹੋਣਾ, ਜੈਸ ਲਿਖਿਓ ਜਿਹਨੂੰ ਤੀਰ ਦਿਸਿਆ ਈ ਦਾ ਐਕਸ ਦੇ ਵਿਚਾਲੇ, ਦੱਸੋ 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 ਦੱਸੋ। ਇੱਕ ਹੋਰ ਗਾਣਾ ਗਾਉਣਾ ਫਿਰ, ਉਹ ਦਿਨੇ ਆਉਂਦੇ ਨੀ ਉਹ ਮਿੱਤਰ ਉਹ ਲਿਆਉਣੇ ਪੈਂਦੇ ਆ, ਹਾ ਦਿਨੇ ਆਉਂਦੇ ਨੀ, ਹਾਂ ਮਿੱਤਰ ਉਹ ਲਿਆਉਣੇ ਪੈਂਦੇ ਆ, ਉਹ ਦਿਨ ਆਉਂਦੇ ਨੀ, ਉਹਦੇ ਅੱਖਾਂ ਵਿੱਚ ਸੁਪਨੇ ਸਜਾਏ ਜੋ ਸੱਚ ਕਰਕੇ ਉਹ ਲੋਕਾਂ ਨੂੰ ਦਿਖਾਉਣੇ ਪੈਂਦੇ ਆ, ਦਿਨ ਆਉਂਦੇ ਨੀ ਉਹ ਮਿੱਤਰ ਉਹ ਲਿਆਉਣੇ ਪੈਂਦੇ ਆ, ਉਹ ਦਿਨ ਆਉਂਦੇ ਨੀ, ਉਹ ਪੈਂਦਾ ਮਿਹਨਤਾਂ ਦੀ ਭੱਠੀ ਵਿੱਚ ਤਪਣਾ, ਹਾਏ ਉਹ ਮਾੜਿਆਂ ਹਾਲਾਤਾਂ ਨਾਲ ਖਪਣਾ, ਪੈਂਦਾ ਮਿਹਨਤਾਂ ਦੀ ਭੱਠੀ ਵਿੱਚ ਤਪਣਾ, ਹਾਏ ਉਹ ਮਾੜਿਆਂ ਹਾਲਾਤਾਂ ਨਾਲ ਖਪਣਾ। ਐਣ ਦੇ ਗਾਣੇ ਚੋਰੀ ਹੋ ਜਾਣੇ, ਐਵੇਂ ਗਾਈ ਜਾਂਦਾ। ਸਿਰਾ ਧੰਨਵਾਦ ਜੀ, ਧੰਨਵਾਦ ਕਹਿੰਦੇ, ਬਹੁਤ ਵਧੀਆ ਆਵਾਜ਼, ਥੈਂਕ ਯੂ ਜੀ ਥੈਂਕ ਯੂ, ਇੰਨਾ ਵਧੀਆ ਤੁਸੀਂ ਦੱਸਿਆ, ਮੈਂ ਵੀ ਪੰਜਾਬ ਦੀ ਆਵਾਜ਼ ਚ ਟਰਾਈ ਕਰੂੰਗਾ, ਆਵਾਜ਼ ਪੰਜਾਬ ਦੀ ਚ। ਤੁਮੇ ਦਿਲ ਲਗੀ, ਮੈਂ ਥੋੜਾ ਸੁਰੀਲਾ ਵੀ ਗਾ ਲੈਣਾ, ਹੱਸਦਾ ਨਹੀਂ ਨਹੀਂ ਮੈਂ ਬਹੁਤ ਵਧੀਆ ਗਾਦਾ। ਅੱਛਾ ਸੈਡ ਸੌਂਗ ਤੇ ਹੱਸਦਾ, ਹੱਸਣਾ ਨੀਗਾ ਜੇ ਤੂੰ ਹੱਸਿਆ, ਲੋਕਾਂ ਨੇ ਤਾਂ ਮਜ਼ਾਕ ਉਡਾਉਣਾ ਹੀ ਆ, ਤੂੰ ਬਸ ਬੱਲੇ ਬੱਲੇ।
सानू भी दस कपड़े दी मैनू कपड़े कुपड़े पाउन दी सेंस है नहीं। मैं सीधी गल दसा वीर तो अज लैने कुछ बहुत वधिया इंसान है एपसपोर्ट च सैमी जिंदाबाद। एक गल मैं थोन दस दा गोरा सीगा जिन्हें भी गोरे सुहन थानू 50-60 तो उपर मिलने कोई भी जवान गोरा ट्रक नहीं चला सारे अपने पंजाबियों ने ट्रकिंग लाइन सामी पी कनेडा अमरीका दी गोरा ट्रक चलाउंदा मिलू ओ 70-60 दा मिलू कोई भी थानू 20-30 साल आला नहीं मिलू। हां जी एल्बम कदों आनी आ भाजी एल्बम हुण एपसपोर्ट गाना ही रिकॉर्ड कराउण चले आ ते अंग्रेजी च भी गा दिंना फिर ट्रक दे खिजले ओ गाने वाल भी ध्यान दिओ दोनों चीजा वाल 5 days a week 9 to 5 इज दिस लाइफ आई डोंट लाइक टू मच स्ट्रेस I mean you can't guess my life is just mess ਭੈਣ ਮੋਟਰਸਾਈਕਲ ਵਾਲਾ ਕਿੰਨੀ ਤੇਜ਼ ਚੜ ਭਲਾਤਾ ਭੈਣ ਦੁਆਰਾ ਇੰਗਲਿਸ਼ ਚ ਇਹ ਵੀ ਮੇਰਾ ਹੀ ਲਿਖਿਆ ਆ 5 days a week 9 to 5 ਇਜ਼ ਦਿਸ ਲਾਈਫ ਆਈ ਡੋਂਟ ਲਾਈਕ ਟੂ ਮਚ ਸਟ੍ਰੈਸ ਯੂ ਹੈਵਨ ਕਾਂਟ ਗੈਸ ਦਿਸ ਇਜ਼ ਦਾ ਮੈਸ ਮਾਈ ਲਾਈਫ ਇਜ਼ ਜਸਟ ਮੈਸ ਇਜ਼ ਦਿਸ ਵਾਈਸ ਆਈ ਡੋਂਟ ਲਾਈਕ ਯਾ देखो अंग्रेजी च गाना सी अपना बहुत लोग मेरे ते हसदे आ इस स्ट्रेस भरी दुनिया च किसे दी चेहरे दी मैं मस्कान बन सकदा मैं भागा वाला ही आ भरावो है हुणे मेरी रोजी रोटी आ मैनू कई भरा मिलदे कहिंदे भाजी भेट दी आवाज कर डब्बा कढ दी दी आ फिर कई भाजी कहिंदे बो बकरा वाला आप भी बुला दी दो ए मेरी रोटी आ हुण बहुत वीर भरा मिलदे सरी च एप्रीशिएट करदे कोई पिठ पिछे हसदा जो मर्जी करन भाई मैं ता मेरी रोजी रोटी मेरी कला है ना। सो हुण मेरा एडा बड़ा ऑपरेशन होया 12 घंटियां दा मैं ता 5 पाउंड नहीं भार चक सकदा सो ये विधि लिखी हो भावें मैं रब नूं मानदा जां नहीं मानदा सच्चे पातशाह शुगर आ एक बारी दिन च शुगर मना दीदा आ बाद च भावें दारू पीओ भंग पीओ चिट्टा पीओ सो एक बारी कह दीदा सच्चे पातशाह शुगर आ तेरा दिन च एक बारी शुगर कर दिया करो ना शुगर ना बनिया करो हां सो पता नहीं रब ने जकीने मेरी विधि बनाती भी काम ही धोना नहीं बेचारे तो इधर तोरी फुलके जोगे बोलन ना ही पैसे बन जाते हैं सो मेरे तोरी फुलके जोगे वीडियो तो बन जाते हैं धन्यवाद थोड़ा सब का। हां जी सो देख सकते हैं कि आ दसदा सारा कुछ देख लो स्क्रीन भी ट्रक लंघिया आ ओह लंघिया दे बहुत वधिया गड्डी है टैसला इलोन मस्क नू एक रिक्वेस्ट करती है कमेंट हैलो इलोन मस्क सर आई एम बिग फैन ऑफ यू गिव मी वन साइबर ट्रक आई लाइक टेस्ला कंपनी यू हैव बिलियन डॉलर्स गिव मी सम ओके मैनू अंग्रेजी दा बहुत आउंदी मैं तो उद्दे नहीं सुनाउंदा थानू देखो ट्रक इधर भी दो दो इधर भी भैं जो रेसां ही लगियां ट्रकां दियां देख लो। हां जी कित्थों कित्थों देखदे आ सच भाई तू शेर बंदा गुस्सा मैं गुस्सा नहीं करदा भरावा जे गुस्सा कीता हुंदा तैनू ब्लॉक ना कीता हुंदा गुस्से वाली नाड़ ही है नहीं साडे च अपा रोबोट आ साडे च फीलिंग ही है नहीं आ जाओ कित्थों कित्थों देखदे आ दसो फिर मौसम देखो किन्ना सुहाना बल्ले लक्की भाई कहिंदा मेरा न्याणा बास्केटबॉल खेलदा बल्ले वधाइयां वीर जी वधाइयां बहुत वधिया काम है जे तुहाडा न्याणा कनेडा वालों बास्केटबॉल खेलदा इंटरव्यू करदे आ साडी रखो टिकट आ जांदे आ भाजी इंटरव्यू करने तुहाडी किहड़े शहर च आ दसो टिकट रखो ते खाण पीण खाण मैं किहड़ा इन्ना खाना पीना 100 मैं सोफे ते जाणा ਡਿਮਾਂਡਾਂ ਹੈ ਨੀ ਵੀ 5 ਸਟਾਰ ਕਲਾਕਾਰਾਂ ਨੂੰ ਵਿੱਕੀ ਆਸਟ੍ਰੇਲੀਆ ਤੋਂ ਰਜਿੰਦਰ ਸਿੰਘ ਬਿਨੀਪੈਗ ਤੋਂ ਸਚਨ ਉੱਪਲ ਨਿਊਯਾਰਕ ਤੋਂ ਬੱਲੇ 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 ਸਟਾਰ ਕਿਸੇ ਨੇ ਵੀ ਭੇਜੇ ਨਹੀਂ ਅਜੇ ਤਾਈਂ ਬਾਈ ਜੀ ਮਾੜੀ ਗੱਲ ਆ ਦੇਖੋ ਬਾਈ ਜੀ ਟੈਸਲਾ ਗੱਡੀ ਬ੍ਰੇਕ ਆਪ ਹੀ ਲਾ ਦਿੰਦੀ ਆ ਦੇਖ ਲਓ ਇਹਨੂੰ ਪਤਾ ਮੋਰੇ ਟਰੱਕ ਆਉਂਦਾ ਇਹਨੂੰ ਵੱਜਣਾ ਹੀ ਨਹੀਂ ਉੱਚ ਰੁਕ ਜਾਣਾ ਆਪ ਹੀ ਵਧੀਆ ਗੱਡੀ ਮੈਂ ਵੀ ਇਹੀ ਲੈਣੀ ਆ ਸੋ ਦੇਖ ਸਕਦੇ ਆ ਜੀ ਹਾਂਜੀ ਇੰਦਰਜੀਤ ਸੈਣੀ ਇੰਗਲੈਂਡ ਤੋਂ ਧੰਨਵਾਦ ਇਹ ਆ ਜੀ ਕੈਨੇਡਾ ਦਾ ਹਾਈਵੇ ਰਮਨੀਕ ਸਿੰਘ ਐਪਸਪੋਰਟ ਤੋਂ ਦੇਖ ਰਿਹਾ ਧੰਨਵਾਦ ਜੀ ਧੰਨਵਾਦ ਰਮਨੀਕ ਸਿੰਘ ਜੀ ਕਿੰਨੇ ਵਾਲਾ ਸਟਾਰ ਭੇਜਾਂ ਸਟਾਰ ਭਰਾਵੋ ਭਾਵੇਂ 20 ਭੇਜ ਦੋ ਡਰਾਈਵਰ ਇੰਗਲੈਂਡ ਤੋਂ ਹੀ ਗਿਆ ਹੈਪੀ ਹੈ ਤੈਨੂੰ ਵੀ ਬੜੇ ਬੰਦੇ ਜਾਣਦੇ ਆ ਬੱਲੇ ਚੜਾਈ ਆ ਬਾਈ ਤੇਰੀ
ਦੇਖ ਲਾ ਮਾਣਾ ਹੀ ਨਹੀਂ ਕੀਤਾ ਹੈ ਜਸਵੀਰ ਸਿੰਘ ਵਿਕਟੋਰੀਆ ਤੋਂ ਆਕਲੈਂਡ ਤੋਂ ਲੱਕੀ ਭਾਜੀ ਵਿਕਟੋਰੀਆ ਤੋਂ ਲੈ ਆਪਾਂ ਸ਼ਿਪ ਫੜ ਕੇ ਤੁਹਾਡੇ ਕੋਲ ਆ ਜਾਣਾ ਲੱਕੀ ਭਾਜੀ ਹੁਕਮ ਕਰੋ ਤੁਸੀਂ ਦੇਖੋ ਉੱਤੇ ਵੀ ਟਰੱਕ ਅੱਗੇ ਪਿੱਛੇ ਸੱਜੇ ਖੱਬੇ ਫਗੂੜਾ ਅਲਬੂ ਇਹ ਕਿਹੜਾ ਸ਼ਹਿਰ ਭਰਾਵਾ ਸੈਣੀ ਭਾਜੀ ਗੜ ਸ਼ੰਕਰ ਤੋਂ ਸਾਈਡ ਤੇ ਵੀ ਟਰੱਕ ਬਹੁਤ ਵਧੀਆ ਵੈਦਰ ਆ ਜੀ ਸਰੀ ਦਾ ਧੰਨਵਾਦ ਹੁਸ਼ਿਆਰਪੁਰ ਤੋਂ ਸੁਨੀਲ ਰਾਜੂ ਹੁਸ਼ਿਆਰਪੁਰ ਬਾਈ ਜੀ ਭਾਗਾਂ ਵਾਲੀ ਧਰਤੀ ਆ ਜਿੱਥੇ ਮੇਰਾ ਜਨਮ ਸਥਾਨ ਹੁਸ਼ਿਆਰਪੁਰ ਦਾ ਸਰਕਾਰੀ ਹਸਪੀਟਲ ਅੱਜ 2 ਤਰੀਕ ਹੋ ਗਈ ਆ ਸੋ 25 ਦਿਨ ਰਹਿ ਗਏ ਆਪਣੇ ਬਰਥਡੇ ਨੂੰ ਵੈਸੇ ਤਾਂ ਕਿਸੇ ਨੇ ਤੋਹਫਾ ਭੇਜਣਾ ਨੀ ਜੇ ਵੀ ਭੇਜਣਾ ਚਾਹੁੰਦਾ ਡਾਕਖਾਨੇ 'ਚ ਜਗ੍ਹਾ ਮਿਲ ਜਾਂਦੀ ਮੈਂ ਲੈ ਲੂੰ ਭੇਜ ਦਿਓ ਦੇਖੋ ਬਾਈ ਜੀ ਮੇਰੀ ਗਰੀਬੀ ਦੇ ਦੋ ਜਣੇ ਹੱਸਦੇ ਪਏ ਆ ਤੇ ਨਿੰਬੂ ਵੇਚੀ ਜਾਂਦਾ ਵਿਚਾਰਾ ਇਹ ਸਾਡੇ ਨਾਲ ਕੰਮ ਕਰਦਾ ਸੀ ਡਡਲੇ ਰੋਡ ਤੇ ਉਹ ਬੱਲੇ ਸੱਚੀ ਉਹ ਬੱਲੇ ਸੈਮੀ ਅਖਤਰ ਭਾਜੀ ਆ ਪਾਕਿਸਤਾਨ ਤੋਂ ਸਲਾਮ ਵਾਲੇਕੁਮ ਪਹਿਲਾਂ ਤਾਂ ਰਿਸ਼ਾਦ ਅਖਤਰ ਬਾਈ ਜੀ ਤੁਸੀਂ ਪਛਾਣ ਲਿਆ ਸੈਮੀ ਨੂੰ ਜਾਣਦਾ ਅਖਤਰ ਬਾਈ ਨੂੰ ਦੇਖ ਲਓ ਬਾਈ ਨਜ਼ਾਰੇ ਲੈਂਦਾ ਮੁੰਡਾ ਕਨੇਡਾ ਚ ਦੇਖੋ ਤਾਂ ਕੱਪੜਿਆਂ ਤੋਂ ਲੱਗਦਾ ਕਨੇਡੀਅਨ ਆਪਾਂ ਭੈਣ ਚ ਦਾਲ ਲੱਗੀ ਭੋਜਨ ਨਾ ਦਿਖਾ ਬਾਰ ਬਾਰ ਠੀਕ ਆ ਆਪਾਂ ਵੀ ਕਨੇਡਾ ਚ ਹੀ ਆ ਭਰਾਵੋ ਪਰ ਮੈਨੂੰ ਯਾਰ ਫੀਲਿੰਗ ਹੀ ਨੀ ਆਉਂਦੀ ਕਨੇਡਾ ਵਾਲੀ ਵੀ ਮੈਂ ਕਨੇਡਾ ਚ ਆ ਜਾਂ ਕਨੇਡੀਅਨ ਲੋਕਾਂ ਦੀ ਤਰ੍ਹਾਂ ਮੈਂ ਕੱਪੜੇ ਪਾਵਾਂ ਮੈਨੂੰ ਪਤਾ ਨੀ ਕੀ ਗੱਲ ਆ ਜਾਂ ਤੇ ਮੇਰੀ ਫੀਲਿੰਗ ਮਰ ਗਈ ਸਾਲੀ ਡਾਊਨ ਟੂ ਅਰਥ ਇੱਦਾਂ ਕਹਿ ਸਕਦੇ ਆ ਡਾਊਨ ਟੂ ਅਰਥ ਹੈਲੋ ਬ੍ਰਦਰ ਅੰਮ੍ਰਿਤਪਾਲ ਸਿੰਘ ਮੇਰਾ ਮੈਸੇਜ ਪੜਿਆ ਨੀ ਪੜ ਲਿਆ ਭਰਾਵਾ ਕੁਵੈਤ ਤੋਂ ਹਾਂਜੀ ਪੁਰਤਗਾਲ ਤੋਂ ਧੰਨਵਾਦ ਤੇ ਸਟਾਰ ਸਤਿ ਸ੍ਰੀ ਅਕਾਲ ਧੰਨਵਾਦ ਜੀ ਗਿੱਲ ਸਾਹਿਬ ਤੇ ਸਟਾਰ ਅਜੇ ਕਿਸੇ ਨੇ ਭੇਜਿਆ ਨੀਗਾ ਚਲੋ ਕੋਈ ਨੀ ਭਾਜੀ ਮੈਂ ਐਡ ਕਰਾਉਣੀ ਰਠੌਰ ਸਾਹਿਬ ਕਾਹਦੀ ਐਡ ਕਰਾਉਣੀ ਆ ਕੋਟ ਫਤੂਈ ਤੋਂ ਨਾਉ ਇਨ ਸਸਕਾਚੂਨ ਠੀਕ ਹੈ ਜੀ ਕੋਟ ਫਤੂਈ ਗੁਆਂਢੀ ਆਪਣਾ ਤੇ ਹਾਂਜੀ ਮੈਂ ਕੀ ਕਹਿੰਦਾ ਐਡ ਆਪਾਂ ਬਾਈ ਜੀ ਕਰੀ ਦੀ ਨੀ ਹੁਣ ਸ਼ੁਰੂ ਕੀਤੀ ਆ ਜਿਨ੍ਹਾਂ ਦਾ ਸਮਾਨ ਮੈਨੂੰ ਵਧੀਆ ਲੱਗੇ ਹੁਣ ਮੈਂ ਅਗਰਵਾਲ ਵਾਲਿਆਂ ਦੀ ਕੀਤੀ ਉਹਨਾਂ ਦਾ ਵਧੀਆ ਸਮਾਨ ਆ ਸਾਫ ਸੁਥਰਾ ਆ ਹਨਾ ਕਈ ਸਟੋਰਾਂ ਚ ਇੱਥੇ ਸਰੀ ਚ ਐਕਸਪਾਇਰੀ ਸਮਾਨ ਹੀ ਵੇਚੀ ਜਾਂਦੇ ਆ ਹਨਾ ਸੋ ਆਪਾਂ ਨੂੰ ਲੱਖਾਂ ਲੋਕਾਂ ਦਾ ਸਾਡੇ ਤੇ ਯਕੀਨ ਐਡ ਮੈਂ ਉਹਦੀ ਕਰਨੀ ਜਿਹਦਾ ਆਪਣਾ ਪ੍ਰੋਡਕਟ ਮੈਨੂੰ ਵਧੀਆ ਲੱਗੇ ਹੁਣ ਮੈਂ ਇੱਕ ਇੰਸ਼ੋਰੈਂਸ ਵਾਲਿਆਂ ਦੀ ਕਰਨੀ ਆ ਜੀ ਹਾਂਜੀ ਤੇ ਇੱਕ ਅਗਰਵਾਲ ਵਾਲਿਆਂ ਦੀ ਆ ਤੇ ਇੱਕ ਅੱਧੀ ਹੋਰ ਆ ਸੋ ਐਡ ਬਾਈ ਜੀ ਇਹ ਨੀ ਵੀ ਪੈਸਾ ਹੀ ਮੁੱਖ ਨੀ ਮੇਰੇ ਲਈ ਮੇਰੀਆਂ ਇੰਨੀਆਂ ਲੋੜਾਂ ਹੈ ਨੀ ਮੈਂ ਤਾਂ ਬਿਨਾਂ ਜਰਾਬਾਂ ਤੋਂ ਵੀ ਬੂਟ ਪਾ ਲੈਂਦਾ ਬਾਅਦ ਚ ਮੈਂ ਨਾਲ ਦੇ ਨੂੰ ਮੁਸ਼ਕ ਆਈ ਜਾਵੇ ਤੇ ਓਕੇ ਦੇਖ ਲਓ ਕਈਆਂ ਨੇ ਕਹਿਣਾ ਬੇਚਾਰਾ ਆਪਣੀ ਇੰਸਲਟ ਕਰੀ ਜਾਂਦਾ ਆਪਾਂ ਜੰਮੇ ਹੀ ਭਰਾਵੋ ਲੋਕਾਂ ਨੂੰ ਹਸਾਉਣ ਲਈ ਆ ਤੇ ਆ ਜਾਓ ਤੇ ਨਾਲ ਆ ਦੋ ਬੰਦੇ ਭਰਾਵੋ ਇਹ ਵਧੀਆ ਜ਼ਿੰਦਗੀ ਜੀਂਦੇ ਆ ਐਸ ਬੋਰਡ ਆ ਗਿਆ ਬਾਈ ਜੀ AWOTS ਫੋਰਡ ਜਿਹੜੀ ਫੋਰਡ ਕੰਪਨੀ ਆ ਉਹਦਾ ਅੱਬਾ ਇੱਥੇ ਦਾ ਸੀ ਤਾਂ ਇਹਦਾ ਸ਼ਹਿਰ ਦਾ ਨਾਂ ਐਬਾ ਫੋਰਡ ਸਾਰਿਆਂ ਨੂੰ ਦੱਸਿਓ ਫੋਰਡ ਕੰਪਨੀ ਹੈਨਰੀ ਫੋਰਡ ਦਾ ਜਿਹੜਾ ਦਾਦਾ ਸੀ ਅੱਬਾ ਕਹਿੰਦੇ ਆ ਨਾ ਮੁਸਲਿਮ ਭਾਈਚਾਰੇ ਚੋ ਇਸੇ ਸ਼ਹਿਰ ਦਾ ਸੀ ਐਬਸ ਫੋਰਡ ਤਾਂ ਇਹਨੂੰ ਕਹਿੰਦੇ ਆ ਹਾਂਜੀ ਅੰਮ੍ਰਿਤਪਾਲ ਸਿੰਘ ਧੰਨਵਾਦ ਜੀ ਲਵ ਯੂ ਅੰਮ੍ਰਿਤਪਾਲ ਤੋਂ ਇੱਕ ਯਾਰ ਗੱਲ ਚੇਤੇ ਆ ਗਈ ਅੰਮ੍ਰਿਤਪਾਲ ਸਿੰਘ ਪੰਜਾਬ ਵਾਲੇ ਬਾਰੇ ਉਹ ਵੀਡੀਓ ਫੇਰ ਪਾਵਾਂਗੇ ਕੱਲ ਨੂੰ ਸੋ ਪੋਰਚ ਜਾਂਦੀ ਆ ਟੈਕਸੀ ਟੂਰ ਐਂਡ ਟਰੈਵਲ ਰਠੌਰ ਭਾਜੀ ਕਿੱਥੋਂ ਆ ਤੁਸੀਂ ਟੈਕਸੀ ਟੂਰ ਟਰੈਵਲ ਕਰਦਾਂਗੇ ਕੋਈ ਨੀ ਤੇ ਹਾਂਜੀ ਲਵ ਯੂ ਸੈਣੀ ਧੰਨਵਾਦ ਜੀ ਧੰਨਵਾਦ ਸਵੈਬਸ ਬੋਰਡ ਪਹੁੰਚਣ ਵਾਲੇ ਆ ਬੀੜੀ ਪੂਰੀ ਉਹ ਦੇਖਿਓ ਬੀੜੀ ਨੀ ਭਰਾਵੋ ਵੀਡੀਓ ਬੀੜੀ ਗਹਿ ਹੋ ਗਿਆ ਵੀਡੀਓ ਪੂਰੀ ਦੇਖਿਓ ਆ ਕੀ ਆ ਸਟ੍ਰਾਬਰੀ ਆ ਤੋੜਨ ਲਈ ਬਾਈ ਜੀ ਆਪਾਂ ਨੂੰ ਕੰਮ ਇਹ ਚਾਹੀਦੇ ਆ ਇੱਕ ਭਾਈ ਨੇ ਕਿਹਾ ਸੀ ਬੀਬੀਆਂ ਚਾਹੀਦੀਆਂ ਤੇ ਬਾਬੇ ਚਾਹੀਦੇ ਆ ਇਹ ਨੀ ਵੀ 90-100 ਸਾਲ ਦੇ 50 ਪਲੱਸ ਚੱਲ ਜੂਗੇ 50 ਤੋਂ 90 ਸਾਲ ਤੱਕ ਉਮਰ ਹੋਣੀ ਚਾਹੀਦੀ ਆ ਆ ਹੁੰਦੀ ਸਟ੍ਰਾਬਰੀ ਇਹਨਾਂ ਨੂੰ ਤੋੜਨਾ ਆ ਕਿਹੜੀ ਬਲੂਬੇਰੀ ਜਿਹੜਾ ਮੋਇਨ ਕੰਮ ਆ ਮੈਨੂੰ ਨੀ ਸੱਚ ਕਿਹਾ ਸੀ ਦੱਸ ਦਵਾਂ ਮੈਂ 20 ਚਾਹੀਦੇ ਆ ਉਮਰ 50 ਤੋਂ 90 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਆ ਤੇ ਦੱਸਿਓ ਬਾਈ ਜੀ ਜੇ ਕੋਈ 50 ਤੋਂ 90 ਸਾਲ ਦੇ ਵਿਚਕਾਰ ਉਮਰ ਵਾਲਾ ਸਾਨੂੰ ਦੇਖਦਾ ਤੇ ਫਿਰ ਦੱਸਦੇ ਆ ਇਹ ਤੋੜਨ ਲਈ ਕੰਮ ਹੀ ਚਾਹੀਦੇ ਕੈਨੇਡਾ ਚ ਤੇ ਬਾਕੀ ਧੰਨਵਾਦ ਜੀ 4-5 ਸਾਲ ਹੋ ਗਏ ਆਪਾਂ ਨੂੰ ਵੀਡੀਓ ਪਾਉਂਦਿਆਂ ਨੂੰ ਇੱਕ ਬੰਦਾ ਕਹਿ ਦੇਵੇ ਵੀ ਬਾਈ 1 ਪੈਸੇ ਦੀ ਮੇਰੀ ਠੱਗੀ ਮਾਰੀ ਇੰਦੀ ਜਸਵਾਲ ਨੇ ਕਮਾਉਣ ਨੂੰ ਮੈਂ ਭਾਵੇਂ ਕਰੋੜਪਤੀ ਬਣ ਜਾਂਦਾ ਪਰ ਨਹੀਂ ਪਿਆਰ ਕਮਾਇਆ ਯਕੀਨ ਕਮਾਇਆ ਤੇ ਲੈ ਕੇ ਇੱਥੋਂ ਕੁਛ ਨਹੀਂ ਜਾਣਾ ਸੋ ਕਰੋੜਾਂ 'ਚ ਨਹੀਂ ਕਮਾਏ ਉਹ ਵੀ 2 ਰੋਟੀਆਂ ਖਾਂਦੇ ਆ ਉਹ ਸਗੋਂ ਨੀਂਦ ਦੀਆਂ ਗੋਲੀਆਂ ਖਾਂਦੇ ਇੰਡੀਆ 'ਚ ਗਾਣਾ ਨਹੀਂ ਗਾਇਆ ਤੇ ਬਾਕੀ ਹਾਂਜੀ
ਪਹੁੰਚਣ ਵਾਲੇ ਆ ਜੀ ਕਿਵੇਂ ਆ ਬਿੱਕ ਸਿੱਧੂ ਵਧੀਆ ਜੀ ਵਧੀਆ ਐਪਸ ਬੋਰਡ ਪਹੁੰਚ ਚੱਲੇ ਆ ਫਿਰ ਆਪਾਂ ਵੀਡੀਓ ਕੱਟ ਕਰ ਦੇਣੀ ਆ ਤੇ ਹਾਂਜੀ ਸਾਡੇ ਬਾਰੇ ਬੋਲੋ ਰਛਪਾਲ ਚੌਹਾਨ ਰਠੌਰ ਭਾਜੀ ਕਿੱਥੋਂ ਕਿੱਥੋਂ ਦੇਖਦੇ ਬਾਈ ਘਰੇ ਬੈਠਿਆਂ ਨੂੰ ਕਿਸੇ ਨੇ ਨੀ ਕੈਨੇਡਾ ਦਿਖਾਉਣਾ ਤੁਹਾਨੂੰ ਭਾਗਾਂ ਵਾਲੇ ਆ ਤੁਸੀਂ ਤੇ ਭਾਗਾਂ ਵਾਲਾ ਮੈਂ ਆ ਜਿਹੜਾ ਇੱਥੇ ਆ ਬਾਕੀ ਸਾਰੇ ਕੈਨੇਡਾ ਚ ਆ ਗਾਂ 20 ਕਿਲੋਮੀਟਰ ਨਿਕਲ ਗਿਆ ਸਨੋਈ ਸਨੋ ਬਾਈ ਜੀ ਇਹ ਕੱਲਾ ਕੈਨੇਡਾ ਦਾ ਆਹੀ ਏਰੀਆ ਜਿੱਥੇ ਸਨੋ ਹੈ ਨੀ ਗੀ ਦੇਖ ਲਓ ਧੁੱਪ ਚੜੀ ਉਹ ਨਜ਼ਾਰੇ ਆਈ ਜਾਂਦੇ ਜਾਈ ਜਾਂਦੇ ਆ ਆਹ ਕਿਆ ਬਾਤਾਂ ਅੰਮ੍ਰਿਤਪਾਲ ਸਿੰਘ ਕੀ ਗੱਲ ਘਰੇ ਬੈਠਿਆਂ ਦੀ ਸੈਰ ਕਰਾ ਦਿੰਦਾ ਹਾਂਜੀ ਸ਼ਕੀਰ ਭਾਜੀ ਬਸ ਪਿਆਰ ਆ ਤੁਹਾਡਾ ਇਨਸ਼ਾਅੱਲਾ ਬਾਈ ਜੀ ਡਰਾਈਵਿੰਗ ਚ ਆਉਣਾ ਕੋਈ ਟਰਾਂਸਪੋਰਟਰ ਜੀਪ ਢੀਂਡਸਾ ਸਰੀ ਤੋਂ ਅਮਨਦੀਪ ਸਿੰਘ ਬਿਨੀਪੈਗ ਤੋਂ ਦੇਖ ਲਓ ਬਿਨੀਪੈਗ ਵਾਲੇ ਉਹ ਤੁਹਾਡੇ ਦਾ ਸਨੋਹ ਭਰੀ ਪਈ ਦੇਖੋ ਹੈ ਸਨੋਹ ਕਿਤੇ ਚਿੱਟਾ ਚਿੱਟਾ ਕਿਤੇ ਨੀ ਬਸ ਮੇਰੀ ਪਿੰਡ ਤੇ ਕੋਲਗੇਟ ਲੱਗਾ ਹੋਣਾ ਚਿੱਟਾ ਜਿਹਾ ਬਾਕੀ ਤਾਂ ਠੀਕ ਆ ਕੈਨੇਡਾ ਆਉਣਾ ਡਰਾਈਵਿੰਗ ਚ ਭਾਜੀ ਆਓ ਜੀ ਆਓ ਡਰਾਈਵਰ ਤਾਂ ਹਾਕਾ ਮਾਰਦੇ ਆ ਮੇਰੀ ਟਿਕਟ ਉਹਦੇ ਦੇਖ ਲਿਓ ਨੰਬਰ ਵੀ ਦਿੱਤਾ ਉਹਨੇ 10 ਵਰਕ ਪਰਮਿਟ ਬਿਨਾਂ ਕਿਸੇ ਪੈਸੇ ਤੋਂ ਦੇਣੇ ਵੀ ਪੀਆਰ ਵੀ ਕਰਾਉਣਾ ਸੋ ਮੇਰੀ ਟਿਕਟੌਕ ਕਰ ਲਓ ਫੋਲੋ ਪਟਿਆਲਾ ਆਹਾ ਦੇਖੋ ਵਿਊ ਦੇਖੋ ਬਾਈ ਜੀ ਆਹਾ ਮੈਂ ਕਹਿੰਦਾ ਪਾ ਲਓ ਗੱਡੀ ਇੱਦਾਂ ਹੀ ਸਿੱਧੀ ਗਾਂ ਐਡਮਿੰਟਨ ਟੱਪ ਜਾਂਦੇ ਆ ਵਧੀਆ ਘੁੰਮ ਕੇ ਆਉਨੇ ਆ ਹੈ ਅੱਛਾ ਗਾਂ ਸਨੋ ਪਈ ਹੋ ਭਰਾਵੋ ਉਹਦੇ 20 ਕਿਲੋਮੀਟਰ ਗਾਂ ਸਾਰੇ ਕੈਨੇਡਾ ਚ ਸਨੋ ਆ ਦੇਖ ਲਓ ਬਾਈ ਜੀ ਊਸ਼ਾ ਹਾਂਜੀ ਸੰਦੀਪ ਸਰੂਪ ਸਿੰਘ ਐਡਮਿੰਟਨ ਤੋਂ ਊਸ਼ਾ ਜੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਈ ਜੀ ਆਪਾਂ ਸਭ ਧਰਮਾਂ ਦਾ ਸਤਿਕਾਰ ਕਰਦੇ ਦੇਖੋ ਕੋਈ ਅੱਲਾ ਦੇ ਭਗਤ ਦੇਖ ਰਹੇ ਸਾਨੂੰ ਕੋਈ ਰੱਬ ਦੇ ਭਗਤ ਕੋਈ ਰਾਮ ਜੀ ਦੇ ਭਗਤ ਆਪਾਂ ਸਭ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਸੋ ਜੈ ਸ਼੍ਰੀ ਰਾਮ ਅਸਲਾਮ ਵਾਲੇਕੁਮ ਵਾਹਿਗੁਰੂ ਜੀ ਹਾਂਜੀ ਹਲਾਲੂਇਆ ਦੇਖ ਲਓ ਸਾਰੇ ਹੈ ਕਿਹੜੀ ਉਹ ਗਾਂ ਸੁਣੋ ਪਈ ਉਹ ਮੈਂ ਵੀ ਆਉਣਾ ਜੂਗੇ ਤੋਂ ਆ ਜਾਓ ਜੀ ਆ ਜਾਓ ਸੁਖਨੀਤ ਸ਼ਿੰਦਾ ਭਾਜੀ ਇੰਦੀ ਬਾਈ ਤੁਹਾਡੇ ਪਿੰਡ ਦਾ ਮੁੰਡਾ ਮੇਰੇ ਨਾਲ ਕਤਰ ਚ ਅੱਛਾ ਜੀ ਜਸਵਾਲਾਂ ਦੇ ਦੋ ਹੀ ਪਿੰਡ ਆ ਪੂਰੇ ਪੰਜਾਬ ਚ ਇੱਕ ਨਰੂੜ ਤੇ ਇੱਕ ਭਾਮ ਬਸ ਆਪਾਂ ਹਿਮਾਚਲ ਚ ਸਾਡੇ ਕਿਲੇ ਦਾਦੇ ਪੜਦਾਦਿਆਂ ਦੇ ਅੰਬ ਚ ਸਾਡੇ ਹਿਮਾਚਲ ਚ ਕਿਲੇ ਆ ਮੈਂ ਦੇਖਣ ਜਾਣਾ ਜਦ ਤਾਈ ਮੋਦੀ ਦੀ ਸਰਕਾਰ ਮੈਂ ਇੰਡੀਆ ਆ ਨਹੀਂ ਸਕਦਾ ਉਹ ਸਨੋ ਦੇਖੋ ਉਹ ਦੇਖ ਗਾਣਾ ਗਾ ਦਿੰਦੇ ਸਨੋ ਤੋਂ ਚੇਤੇ ਆ ਗਿਆ ਉਹ ਮੀਂਹ ਪਵੇ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਂਦਾ ਲੋਕਾਂ ਦੀ ਖੁਰਲੀ ਪੱਠੇ ਦੇਖ ਕੇ ਝੋਟਾ ਰੋਣ ਲੱਗ ਜਾਂਦਾ ਵਾਹ ਕਿਆ ਬਾਤ ਹੈ ਲਿਵ ਲੈ ਲੈ ਆ ਹੁਣ ਤਰੇੜ ਪੈ ਗਈ ਪਹਿਲਾਂ ਦੀ ਆ ਵੱਡੀ ਵੱਡੀ ਵੱਜੀ ਲੱਗ ਹੁਣ ਵੱਜੀ ਪਹਿਲਾਂ ਅੱਛਾ ਆ ਜਾਓ ਜੀ ਐਪਸੋਡ ਪਹੁੰਚ ਗਿਆ ਹਾਲਾਲੂਇਆ ਕਹਿ ਦੋ ਇੱਕ ਵਾਰੀ ਹਾਲਾਲੂਇਆ ਜੈ ਜਿਸੂ ਮਸੀਹ ਜਿਸੂ ਮਸੀਹ ਮਾਈ ਗੋਡ ਜਿਸੂ ਮਸੀਹ ਮਾਈ ਗੋਡ ਜਿਸੂ ਮਸੀਹ ਮਾਈ ਗੋਡ ਲੈ ਕੇ ਤਾ ਭਰਾਵਾ ਆਪਾਂ ਕਿਹੜਾ ਕੱਟੜ ਆ ਕੱਟੜ ਲੋਕ ਨੀ ਕਹਿੰਦੇ ਹੁੰਦੇ ਦੂਜੇ ਧਰਮ ਦੇ ਪਰਮੇਸ਼ਵਰ ਨੂੰ ਚੰਗਾ ਜਿਹੜੇ ਕਿਸੇ ਵੀ ਧਰਮ ਚ ਕੱਟੜ ਆ ਉਹ ਦੂਜੇ ਧਰਮ ਦੇ ਪਰਮੇਸ਼ਵਰ ਬਾਰੇ ਕਹਿੰਦੇ ਨੀ ਕੁਛ ਚੰਗਾ ਸਾਨੂੰ ਜਿਹੜਾ ਮਰਜ਼ੀ ਕਹਾ ਲਓ ਭਰਾਵੋ ਬਸ ਸਿਰਸੇ ਵਾਲੇ ਦਾ ਨਾ ਕਹਿ ਦਿਓ ਕਹਿ ਜਪਨਾਮ ਜਪਨਾਮ ਊਸ਼ਾ ਜੀ ਸਤਿ ਸ਼੍ਰੀ ਅਕਾਲ ਤੇ ਹਾਂਜੀ ਲਾਹੌਰੀਆ ਲਾਹੌਰੀਆ ਵੈਰੀ ਗੁੱਡ ਉਹ ਭਰਾਵਾ ਵੈਰੀ ਗੁੱਡ ਨੂੰ ਕੀ ਆ ਮੇਰੀ ਮੇਰੇ ਬਾਰੇ ਅਜੇ ਲੋਕ ਸਮਝ ਹੀ ਨਹੀਂ ਸਕੇ ਹੁਣ ਮੈਂ ਮੋਦੀ ਵਿਰੁੱਧ ਬੋਲਦਾ ਲੋਕ ਕਹਿੰਦੇ ਤੂੰ ਹਿੰਦੂ ਵਿਰੋਧੀ ਆ ਉਹ ਭਰਾਵਾ ਮੇਰੇ ਜਿੰਨੀ ਆਰਤੀ ਤਾਂ ਮੰਦਿਰ ਚ ਕਿਸੇ ਨੇ ਕੀਤੀ ਨੀ ਹੋਣੀ ਮੇਰੇ ਬਿਨਾਂ ਆਰਤੀ ਨਹੀਂ ਸੀ ਹੁੰਦੀ ਮੇਰੇ ਪਿੰਡ ਜਾ ਕੇ ਪੁੱਛ ਲਿਓ ਓਮ ਜੈ ਜਗਦੀਸ਼ ਹਰੇ ਮੈਂ ਘੱਟੋ ਘੱਟ 5-7 ਸਾਲ ਕੀਤੀ ਮੇਰੇ ਘਰ ਕੋਲੇ ਹੀ ਮੰਦਿਰ ਸੀ ਉਹ ਬੀਬੀ ਇੱਕ ਬੈਠੀ ਹੁੰਦੀ ਸੀ ਜਿਹੜੀ ਮੰਦਿਰ ਚ ਉਹ ਆਰਤੀ ਨਹੀਂ ਸੀ ਕਰਦੀ ਜਦ ਤੱਕ ਮੈਂ ਨਹੀਂ ਸੀ ਆਉਂਦਾ ਮੈਂ ਕਰਦਾ ਰਿਹਾ ਓਮ ਜੈ ਜਗਦੀਸ਼ ਹਰੇ ਹਨਾ ਬਹੁਤ ਪਵਿੱਤਰ ਆਰਤੀ ਮੈਂ ਕਈ ਸਾਲ ਕੀਤੀ ਆਪਾਂ ਸਭ ਧਰਮਾਂ ਦੀ ਰਿਸਪੈਕਟ ਕਰਦੇ ਆ ਕੱਟੜਤਾ ਦੇ ਆਪਾਂ ਸਖਤ ਵਿਰੋਧੀ ਆ ਕਿਸੇ ਧਰਮ ਦੇ ਆਪਾਂ ਵਿਰੋਧੀ ਨਹੀਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਵਿੱਕੀ ਸੋਤਾ ਸ਼ਰਨ ਸਿੱਧੂ ਭੂਰਨੀ ਕੋਲ ਪਿੰਡ ਆ ਤੁਹਾਡਾ ਭੂਰਨੀ ਨੀ ਭਰਾਵਾ ਬਗਾਣਾ ਮੇਰੇ ਪਿੰਡ ਦੇ ਕੋਲ ਇੱਧਰ ਨੂੰ ਚੱਲਦੇ ਆ ਜਿਵੇਂ ਆਹੋ ਨਰੂੜ ਬਗਾਣਾ ਰਾਜੋਰ ਭਾਈਆਂ ਭੁੰਗਰਨੀ ਮੇਟੀਆਣਾ ਮੁੱਖਣੀਆਣਾ ਡਵਿਡਾ ਰਾਣਾ ਪੂੰਗਾ ਪੁਰਹੀਰਾ ਇੱਧਰ ਨੂੰ ਨਹਿਰੋ ਨਹਿਰ ਪਧਿਆਣਾ ਡਰੋਲੀ ਡਮੁੰਡਾ ਕਠਾਰ ਅੱਡਾ ਕਠਾਰ ਆਦਮਪੁਰ ਹੋਰ ਕਿਹੜੇ ਆ
हरियाणा जट्टा होर केड़े आ पता तेरे नाल दे पिंड दस दे रिड्डा हरियाणा पूंगा तां कहता बसी दौलत खां लै भई पहुंच गए सफोर्ट जी रणविजय सिंह महाजल तो धन्नवाद सब दा तुसी इन्ने हजार बंदा देखी गया जुड़ के धन्नवाद परमात्मा चढ़दी कला च रखे मेनू ते फिर थानू भी थानू तो रखे तुसी तां रोज प्रेयर करदे अपने गॉड कोल मैं तां करदा ही नहीं भरावो मेरा भी नाम लै दया करो शामिल कर दया करो इंदरजीत सिंह सपुत्र स्वर्गवासी करनैल सिंह डाकखाना -- पिन कोड 1445 गांधी जी सिर ते गंज सिनेप्लेक्स सिनेमा पठान दिखा दे यार भरावा पठान ही दिखा दे फिल्म अच्छा इथे भी सिनेप्लेक्स हैगा ए आ जी एप्स बोर्ड हाई स्ट्रीट माल केड़ा स्ट्रीट अच्छा बल्ले सब पता मुंडिया नू हाई अच्छा 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 मैं खरे कहंदा भाई हाई माल खादा इंदी ने हाई स्ट्रीट माल आ मैं थानू दसदा बाई जी आ लुलू लेमोन ए काम आईडिया किदा बिकदा हुंदा मैं थानू तथ दसदा ए जेड़ी मैं स्टेट च रहना जिदा पंजाब अपनी स्टेट आ ए स्टेट दा सब तो महंगा घर पता केड़ा इस कंपनी दे मालक दा $70 million दा इंडिया दा 500 करोड़ रुपया ते इने की बेचिया इने बेचिया आईडिया इनू पता लग गया भई जो भी आईडिया लुलू लेमोन दे पजामे थानू पता ही आ हैना भई औरतां पहनदियां आ सो लाइक करदियां आ सो कुड़ियां दे पजामे बेच के पतंदर 500 करोड़ दा घर पाई बैठा कनेडा दे पहले अमीरां च आ इंसान आईडिया बेचिया इने बस ਇਦਾਂ ਹੀ ਆ ਕੋਈ ਵੀ ਤੁਸੀਂ ਕੰਮ ਸ਼ੁਰੂ ਕਰਨਾ ਆਈਡੀਆ ਡਿਫਰੈਂਟ ਕਰੋ ਕੰਮ ਤੁਹਾਡਾ ਆਪੇ ਹੀ ਚੱਲੂਗਾ ਗਾਹਕ ਤੁਹਾਡੇ ਕੋਲ ਆਪੇ ਹੀ ਆਊ ਹੁਣ ਮੈਨੂੰ ਬਹੁਤ ਵੀਰ ਭਰਾ ਕਹਿੰਦੇ ਰਹਿੰਦੇ ਉਹ ਯਾਰ ਕੋਈ ਤੇਰੀਆਂ ਵੀਡੀਓ ਉਦਾਂ ਹੀ ਫੋਨ ਜਿਹਾ ਚੱਕ ਕੇ ਫੋਨ ਹਿਲਦਾ ਰਹਿੰਦਾ ਆ ਇਦਾਂ ਉਹ ਸਾਲਾ ਸੱਚੀ ਹਿਲ ਗਿਆ ਭਈ ਇਦਾਂ ਕਰਿਆ ਕਰ ਐਡਿਟ ਕਰਕੇ ਪਾਇਆ ਕਰ ਉਹ ਮੈਂ ਕਿਹਾ ਭਰਾਵੋ ਮੇਰੀਆਂ ਗੱਲਾਂ ਲੋਕ ਪਸੰਦ ਕਰਦੇ ਆ ਭਈ ਜਿੱਦਾਂ ਦਾ ਮੈਂ ਹੈਗਾ ਇਦਾਂ ਹੀ ਐਡਿਟ ਵਾਲੇ ਤਾਂ ਲੱਖਾਂ ਚੈਨਲ ਹੋਰ ਹੈਗੇ ਆ ਹਨਾ ਸੋ ਆਪਣਾ ਇਦਾਂ ਹੀ ਆ ਦੇਸੀ ਜਿਹਾ ਕੰਮ ਆ ਸੋ ਆਪਣਾ ਇਦਾਂ ਹੀ ਖੁਸ਼ ਆ ਹਨਾ ਸੋ ਇਹ ਹਿਸਾਬ ਆ ਆਈਡੀਆ ਵਿਕਦਾ ਹੁੰਦਾ ਆਲਵੇਸ ਹਨਾ ਸੋ ਆ ਜਾਓ 2 ਮਿੰਟ ਚ ਆਏ ਇੱਥੋਂ ਕੋਈ ਨਹੀਂ ਮੈਂ ਬਾਹਰ ਆਉਂ ਦਿਖਾ ਦਿੰਦਾ ਜੱਤ ਹੀ ਤੁਸੀਂ ਕਿਹੜੀ ਦੁਕਾਨ ਜਾਣਾ ਮੈਂ ਨਹੀਂ ਦਿਖਾਉਣਾ ਹੋਗੀ ਪਾਰਕ ਮੈਂ ਇੱਥੇ ਹੀ ਆ ਜਾਇਓ ਸੋ ਇਹ ਆਏ ਸੀ ਜੀ ਐਪਸ ਫੋਰਡ ਤੇ ਕੱਪੜਾ ਬਾਈ ਜੀ ਤੁਹਾਨੂੰ ਮੈਂ ਦੱਸ ਦਿੰਦਾ ਜਿਨ੍ਹਾਂ ਨੂੰ ਨਹੀਂ ਪਤਾ ਇਹ ਮਾਰਸ਼ਲ ਉਹ ਸਰੀ ਚ ਤਾਂ ਹੈ ਨਹੀਂਗਾ ਇੱਥੇ ਕੱਪੜਾ ਬਹੁਤ ਸਸਤਾ ਹੁੰਦਾ ਜੇ ਕੋਈ ਨਵਾਂ ਆਉਂਦਾ ਕੈਨੇਡਾ ਚ ਸੋ ਆਪਣੇ ਨਿਆਣਿਆਂ ਨੂੰ ਵੀ ਦੱਸ ਦਿਓ ਮਾਰਸ਼ਲ ਤੇ ਇੱਕ ਹੋਰ ਕੰਪਨੀ ਆ ਯਾਰ ਜਿੱਥੇ ਸਸਤਾ ਹੁੰਦਾ ਆ ਮਾਰਸ਼ਲ ਤੇ ਇੱਕ ਹੋਰ ਆ ਬਿਨਰਸ ਬਿਨਰਸ ਤੇ ਮਾਰਸ਼ਲ ਚ ਕੱਪੜਾ ਸਸਤਾ ਹੁੰਦਾ ਆ ਉਹ ਮਾਰਸ਼ਲ ਆ ਸੋ ਆ ਦੇਖ ਸਕਦੇ ਆ ਘੁੰਮਦੇ ਆਪਾਂ ਤੇ ਓਕੇ ਮਿੱਤਰੋ ਤੇ ਬਾਹਰ ਤਾਂ ਠੰਡ ਆ ਥੋੜੀ ਜੀ ਮੈਂ ਤਾਂ ਵਿੱਚ ਹੀ ਬੈਠਾ ਤੇ ਮੈਂ ਕਿਹਾ ਬਾਹਰੋਂ ਤੁਹਾਨੂੰ ਦਿਖਾ ਦਿੰਨੇ ਆ ਇਹ ਸਿਨੇਮੇ ਆ ਜੀ ਸਿਨੇਪਲੈਕਸ ਸਿਨੇਮਾ ਇੰਡੀਆ ਮੈਨੂੰ ਪਤਾ ਨਹੀਂ ਕਿਹੜੇ ਹੁੰਦੇ ਆ ਦੱਸਿਓ ਇੰਡੀਆ ਕਿਹੜੇ ਹੁੰਦੇ ਆ ਸਿਨੇਮੇ ਇੱਥੇ ਸਿਨੇਪਲੈਕਸ ਚੱਲਦੇ ਕੈਨੇਡਾ ਚ ਇਹ ਆ ਜੀ ਕੈਨੇਡਾ ਤੇ ਉਹ ਪਹਾੜ ਆ ਤੇ ਇੱਥੋਂ 20 ਕਿਲੋਮੀਟਰ ਗਾਹ ਨਿਕਲ ਗਿਆ ਸਨੋ ਆ ਸਾਰੇ ਕੈਨੇਡਾ ਚ ਤੇ ਇਹ ਗੱਡੀ ਆ ਤੇ ਬਾਹਲੀ ਘੈਂਟ ਆ ਗੱਡੀ ਟੈਸਲਾ ਜਿਹੜੀ ਉਦਣ ਮੈਂ ਚਲਾਈ ਸੀ ਉਹੀ ਆ ਤੇ ਕਦੀ ਕਦੀ ਮੈਂ ਸਰੀ ਚ ਇਹਨੂੰ ਚਲਾਉਣਾ ਹੁੰਦਾ ਆ ਤੇ ਲੋਕ ਹੈਰਾਨ ਹੋ ਜਾਂਦੇ ਦੇਖ ਕੇ ਵੀ ਇਹ ਸਾਲਾ ਕਿੱਥੋਂ ਟੈਸਲਾ ਕਿਹਦੀ ਚੱਕੀ ਫਿਰਦਾ ਪਿਆਰੀ ਬਾਹੋ ਆ ਓਕੇ ਜੀ ਤੇ ਹਾਂਜੀ ਜੀ ਤੁਹਾਡੀ ਵੀਡੀਓ ਨਾਲ ਸਾਰਾ ਕੈਨੇਡਾ ਘੁੰਮ ਲਈਦਾ ਸ਼ੁਕਰੀਆ ਜੀ ਸਭ ਦਾ ਤੇ ਓਕੇ ਲਵ ਯੂ ਆਲ ਤੇ ਕਲਿੱਕਾਂ ਜ਼ਰੂਰ ਕਰ ਦਿਓ ਸਭ ਨੂੰ ਰਿਕੁਐਸਟ ਆ ਹੁਣ ਤੁਹਾਡਾ ਐਂਟਰਟੇਨ ਕੀਤਾ ਮੈਂ ਤੇ ਲਿੰਕ ਪਾ ਦੇਣਾ ਆਪਾਂ ਤੇ ਸਾਰੇ ਕਲਿੱਕਾਂ ਕਰ ਦਿਓ ਆ ਦੇਖੋ ਮੈਂ ਵੀਡੀਓ ਤੇ ਲਿੰਕ ਪਾ ਦੇਣਾ ਜੇ ਉੱਤੋਂ ਨਹੀਂ ਖੁੱਲਦਾ ਆਪ ਸਰਚ ਕਰ ਲਓ indireadio.ca ਤੇ ਹੁਣ ਤਾਂ ਸਾਰੇ ਬਾਹਰ ਲਈ ਦੇਖਦੇ ਇੱਕ ਆ ਐਡ ਆਉਣੀ ਆ ਇੱਕ ਸਿਰੇ ਤੇ ਆਉਣੀ ਆ ਆ ਲਓ ਜੀ ਫਰਨੀਚਰ ਦੀ ਆ ਗਈ ਮੈਨੂੰ ਇਦਾਂ ਤੁਹਾਨੂੰ ਕਾਸੇ ਦੀ ਵੀ ਆਉਂਦੀ ਉਹ ਧਾਰੀ ਜੀ ਸਿਰੇ ਤੇ ਪਹੁੰਚਣੀ ਉਹਨਾਂ ਦੀ ਸਾਈਟ ਖੁੱਲ ਗਈ ਇੰਨਾ ਕੰਮ ਆ ਸਭ ਨੂੰ ਰਿਕੁਐਸਟ ਆ ਕਲਿੱਕਾਂ ਹੁਣ ਜ਼ਰੂਰ ਕਰਿਓ ਯਾਰ ਹਨਾ ਤੁਸੀਂ ਆਪਣਾ ਸਵਾਦ ਲੈ ਕੇ ਚੱਲ ਜਾਂਦੇ ਆ ਤੇ ਆਪਣਾ ਸਾਡੀ ਸਪੋਰਟ ਤੁਸੀਂ ਕਰਦੇ ਨਹੀਂ ਹਨਾ ਸੋ ਕਲਿੱਕਾਂ ਜ਼ਰੂਰ ਕਰਿਓ ਜੀ ਸਾਰੀਆਂ ਵੀਡੀਓ ਤੋਂ ਲਿੰਕ ਪਾਇਆ ਆ ਤੇ ਸਭ ਨੂੰ ਪਤਾ ਹੀ ਆ ਕਿੱਦਾਂ ਕਰਨੀ ਹਨਾ ਆ ਦੇਖੋ ਇੰਦੀ ਰੇਡੀਓ ਹਨਾ ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰੋ ਸੋ ਕਰ ਦਿਓ ਜੀ ਓਕੇ ਲਵ ਯੂ ਆਲ ਮਿਲਦੇ ਆ ਸ਼ਾਮ ਨੂੰ ਸ਼ੁਕਰੀਆ ਕਲਿੱਕ ਕਰ ਦਿਓ।